ਕਿਉਂਕਿ ਜੇ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋ ਗਏ ਨਾ ਤੇ ਉਹਨਾਂ ਨੇ ਕਹਿਣਾ ਕਿ ਇਹ ਕਿੰਨੀ ਕੁ ਵੱਡੀ ਗੱਲ ਆ, ਕਾਮਯਾਬ ਤੇ ਹਰ ਇੱਕ ਹੋ ਜਾਂਦਾ, ਤੇ ਜੇ ਜੀ ਤੁਸੀਂ ਕੁਝ ਨਹੀਂ ਕੀਤਾ ਉਹਨਾਂ ਕਹਿਣਾ ਤਾਂ ਵਿਹਲਾ ਹੈਗਾ, ਨਿਕੰਮਾ ਹੈਗਾ, ਇਹਦੀ ਕਿਹੜੀ ਗੱਲ ਆ। ਮਤਲਬ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕੋਈ ਕਾਮਯਾਬੀ ਹਾਸਲ ਕਰਨੀ ਹੈ ਨਾ, ਤੁਹਾਨੂੰ ਲੋਕਾਂ ਦੀ ਪਰਵਾਹ ਤੇ ਸਮਾਜ ਦੀ ਪਰਵਾਹ ਨੂੰ ਪਿੱਛੇ ਛੱਡਣਾ ਚਾਹੀਦਾ। ਜੇ ਸਾਲ ਦੀਆਂ ਬੱਚੀਆਂ ਆਉਂਦੀਆਂ ਜਿਹੜੀਆਂ, ਜੇ ਉਹਦੀ ਮੰਮਾ ਨੇ ਮੇਕਅਪ ਕਰਵਾਇਆ ਤਾਂ ਉਹਨਾਂ ਨਾਲ ਹੀ ਰੈਡੀ ਹੋਣਾ, ਕਿ ਦਿਨੋਂ ਦਿਨ ਨਾ ਅੱਛਾ ਇਹ ਚੀਜ਼ ਦਾ ਕਰੇਜ਼ ਵੱਧਦਾ ਜਾ ਰਿਹਾ ਜੀ, ਬਿਲਕੁਲ। ਬੱਚਿਆਂ ਦੇ ਵਿੱਚ ਵੀ। ਇਹ ਦੋ ਕੰਮ ਆ ਕਿ ਜਿਹੜੇ ਕਦੇ ਨਹੀਂ ਖਤਮ ਹੋਣੇ, ਬੁਟੀਕ ਦਾ ਕੰਮ ਵੀ ਕਦੇ ਵੀ ਖਤਮ ਨਹੀਂ ਹੋਣਾ। ਬਾਕੀ ਆਪਾਂ ਨੂੰ ਇਹ ਲੱਗਦਾ ਰਹਿੰਦਾ ਕਿ ਲੈ ਕੱਪੜੇ ਤਾਂ ਹਰ ਕੋਈ ਘਰੇ ਬਹਿ ਕੇ ਸੀ ਜਾਂਦਾ ਵਾ, ਮਤਲਬ ਬਹੁਤ ਨੋਹਾਂ ਵੀ ਹੁੰਦੀਆਂ ਕੰਮ ਕਰਨਾ ਚਾਹੁੰਦੀਆਂ, ਬਟ ਉਹਦੇ ਹਸਬੈਂਡ ਜਾਂ ਆਪਾਂ ਕਹਿੰਦੇ ਇਨ-ਲਾਜ਼ ਪਰਮਿਸ਼ਨ ਨਹੀਂ ਦਿੰਦੇ। ਉਹਨਾਂ ਥਾਵਾਂ ਤੇ ਕਈ ਕੁੜੀਆਂ ਮਾਰ ਖਾ ਜਾਂਦੀਆਂ, ਜੀ ਕਿ ਜੇ ਉਹ ਬਿਲਕੁਲ। ਥੋੜਾ ਟਰਸਟ ਕਰਨ ਉਹਨਾਂ ਤੇ, ਤੇ ਉਹਨਾਂ ਨੂੰ ਪਤਾ ਸਾਡੇ ਸਿਰ ਤੇ ਜ਼ਿੰਮੇਵਾਰੀ ਅਸੀਂ ਨਿਭਾਉਣੀ ਆ। ਹੁੰਦਾ ਕਿ ਯਾਰ ਮੈਂ ਵੀ ਇਸ ਕਾਬਿਲ ਹੈਗੀ ਹਾਂ ਕਿ ਮੈਂ ਲੋਕਾਂ ਨੂੰ ਜੀ ਜੋਬ, ਦੂਜਿਆਂ ਨੂੰ ਜੋਬ ਦੇ ਰਹੀ ਹਾਂ, ਕਿੱਥੇ ਮੈਂ ਆਪ ਅਸੀਂ ਜੋਬ ਲਿਆਉਂਦੇ ਹੁੰਦੇ ਹਾਂ, ਕੋਈ ਸਾਨੂੰ 3,000 ਤੇ ਦੇ, 4,000 ਤੇ ਵੀ ਦੇ ਦੇ। ਕਿਉਂਕਿ ਜਦੋਂ ਮੈਂ ਕੋਰਸ ਸਟਾਰਟ ਕੀਤਾ ਸੀ ਨਾ, ਜਦੋਂ ਸਾਡੀ ਮੈਰਿਜ ਹੋਈ ਸੀ, ਸਾਡੇ ਘਰੇ ਕੋਈ ਵੀ ਪੱਕੇ ਤੌਰ ਤੇ ਇਨਕਮ ਦਾ ਸੋਰਸ ਨਹੀਂ ਸੀ ਹੈਗਾ, ਬਾਕੀ ਹੁਣ ਤਾਂ ਲੋਕਾਂ ਦੀ ਥਿੰਕਿੰਗ 'ਚ ਬਹੁਤ ਫਰਕ ਪੈ ਗਿਆ। ਜੀ ਬਿਲਕੁਲ। ਪਹਿਲਾਂ ਲੋਕ ਕੋਈ ਨਹੀਂ ਸੀ ਇਹਨੂੰ ਸਹੀ ਮੰਨਦਾ, ਤੁਹਾਨੂੰ ਪਤਾ ਹੀ ਹੈ, ਸਾਰੇ ਅਗਲੇ ਕਹਿ ਜੀ ਦਿੰਦੇ ਵੀ ਕੋਈ ਕੰਮ ਆ, ਪਾਰਲਰ ਵਾਲੀਆਂ ਕਿਸੇ 'ਚ ਹੁੰਦੀਆਂ ਨਾ, ਕਿ ਜੀ ਕੁਝ ਜੀ ਲੋਕਾਂ ਨੇ ਆਪਦੀ ਰੈਪੂਟੇਸ਼ਨ ਖੁਦ ਹੀ ਐਵੇਂ ਦੀ ਬਣਾਈ ਹੁੰਦੀ ਸੀਗੀ, ਤੇ ਹੁਣ ਸਾਨੂੰ ਮੈਨੂੰ ਕਹਿੰਦੇ ਆ ਜੀ, ਕੌਣ ਹੈ ਜਿਸਮੇ ਕਮੀ ਨਹੀਂ ਹੈ, ਕੌਣ ਹੈ ਜਿਸਮੇ ਕਮੀ ਨਹੀਂ ਹੈ, ਆਸਮਾਂ ਕੇ ਪਾਸ ਵੀ ਤੋ ਜ਼ਮੀਨ ਨਹੀਂ ਹੈ, ਆਸਮਾਂ ਕੇ ਪਾਸ ਵੀ ਤੋ ਜ਼ਮੀਨ ਨਹੀਂ ਹੈ। ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ, ਮੈਂ ਅਮਨ ਛਾਜਲਾ ਤੇ ਤੁਸੀਂ ਦੇਖ ਰਹੇ ਹੋ ਰੰਗ ਪੰਜਾਬ ਦੇ। ਅਤੇ ਹਰ ਵਾਰ ਆਪਾਂ ਕਲਾਕਾਰਾਂ ਦੇ ਨਾਲ ਤਾਂ ਮਿਲਦੀ ਹਾਂ, ਪਰ ਅੱਜ ਮੈਂ ਤੁਹਾਨੂੰ ਇੱਕ ਅਜਿਹੀ ਸਟੋਰੀ ਹੈ ਜਿਹੜੀ ਉਹ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿ ਆਪਣੇ ਆਪ ਦੇ ਵਿੱਚ ਇੱਕ ਸਟਰਗਲ ਹੈ ਕਿ ਕਿਵੇਂ ਉਹਨਾਂ ਨੇ ਆਪਣਾ ਜਿਹੜੀ ਲਾਈਫ ਹੈ ਸਟਰਗਲ ਦੇ ਦਿਨਾਂ ਤੋਂ ਲੈ ਕੇ ਹੁਣ ਤੱਕ ਜਿੱਥੇ ਤੱਕ ਉਹ ਹੁਣ ਹੈਗੇ ਆ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ। ਅਤੇ ਮੇਰੇ ਨਾਲ ਹੈਗੇ ਨੇ ਅੱਜ ਮੈਮ ਕਮਲਦੀਪ ਕੌਰ ਅਤੇ ਸਤਿ ਸ਼੍ਰੀ ਸਰ ਅਕਾਲ ਜੀ। ਯਸ਼ਪ੍ਰੀਤ ਸਤਿ ਸਿੰਘ ਸ਼੍ਰੀ ਜੀ, ਅਕਾਲ। ਅਤੇ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਦੇ ਉੱਤੇ। ਧੰਨਵਾਦ ਜੀ, ਧੰਨਵਾਦ ਤੁਹਾਡਾ ਵੀ ਜੀ। ਬਹੁਤ ਬਹੁਤ। ਅਤੇ ਬਹੁਤ ਖੁਸ਼ੀ ਹੋਈ ਮੈਨੂੰ ਲੱਭਿਆ ਤੁਹਾਨੂੰ ਬੜੀ ਮੁਸ਼ਕਿਲ ਦੇ ਨਾਲ ਹੈ, ਕਿਉਂਕਿ ਇਹੋ ਜਿਹੀਆਂ ਸਟੋਰੀਜ਼ ਨੇ ਜਿਹੜੀਆਂ ਸਾਡੇ ਸਮਾਜ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੀਆਂ ਨੇ, ਕਿਉਂਕਿ ਇੱਕ ਜਦੋਂ ਅਸੀਂ ਮੋਟੀਵੇਸ਼ਨ ਦਿੰਦੇ ਹਾਂ ਲੋਕਾਂ ਨੂੰ, ਤਾਂ ਸਾਡੇ ਤੋਂ ਮੋਟੀਵੇਸ਼ਨ ਲੈ ਕੇ 4 ਲੋਕ ਹੋਰ ਖੜੇ ਹੁੰਦੇ ਆ। ਹਾਂਜੀ ਬਿਲਕੁਲ। ਹਾਂਜੀ, ਅਤੇ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਤੁਹਾਡਾ ਸੈਲੂਨ ਵੀ ਹੈ। ਹਾਂਜੀ, ਆਪਣਾ ਸੈਲੂਨ ਵੀ ਹੈ ਮੌੜ ਮੰਡੀ। ਹਾਂਜੀ, ਅਤੇ ਤੁਸੀਂ ਸੋਸ਼ਲ ਮੀਡੀਆ ਤੇ ਵੀ ਬਹੁਤ ਜ਼ਿਆਦਾ ਫੇਮਸ ਹੋ। ਹਾਂਜੀ, ਸੋਸ਼ਲ ਮੀਡੀਆ ਤੇ ਆਪਣਾ ਤਾਂ ਗੁਰਸਿਫਤ ਬਲੌਗ ਦੇ ਨਾਮ ਤੋਂ ਚੈਨਲ ਹੈਗਾ। ਜੀ, ਤੇ ਪਿਆਰੇ ਦੋਸਤੋ, ਜਿਵੇਂ ਤੁਸੀਂ ਦੇਖਿਆ ਹੋਣਾ ਨਾ ਕਿ ਅੱਜ ਕੱਲ ਬ੍ਰੇਨ ਡਰੇਨ ਹੋ ਰਿਹਾ ਹੈ, ਕਿ ਹੋੜ ਲੱਗੀ ਹੋਈ ਹੈ ਸਾਨੂੰ ਡਾਲਰ ਕਮਾਉਣ ਦੀ, ਪੈਸੇ ਕਮਾਉਣ ਦੀ, ਕਿ ਅਸੀਂ ਆਇਲਸ ਕਰੀਏ, ਬਾਹਰ ਜਾਈਏ ਤੇ ਉੱਥੇ ਜਾ ਕੇ ਅਸੀਂ ਬਹੁਤ ਸਾਰੇ ਪੈਸੇ ਕਮਾਈਏ, ਤੇ ਦੁਬਾਰਾ ਫਿਰ ਇੱਥੇ ਆ ਕੇ ਜਿਹੜਾ ਆਪਣਾ ਕੋਈ ਨਾ ਕੋਈ ਬਿਜ਼ਨਸ ਹੈ ਉਹਨੂੰ ਵੈਲ ਐਸਟੈਬਲਿਸ਼ ਕਰੀਏ। ਲੇਕਿਨ ਕੀ ਹੁੰਦਾ ਕਿ ਕਈ ਵਾਰ ਅਸੀਂ, ਮਾਫ ਕਰਨਾ ਮੈਂ ਕਹਿਣਾ ਨਹੀਂ ਚਾਹੂੰਗੀ, ਕਈ ਵਾਰ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਜਾਂਦੇ ਹਾਂ, ਕਿ ਸਾਨੂੰ ਇਹ ਲੱਗਦਾ ਕਿ ਅਸੀਂ ਇੱਥੇ ਕੋਈ ਕੰਮ ਨਹੀਂ ਕਰ ਸਕਦੇ, ਤੇ ਉੱਥੇ ਜਾ ਕੇ ਅਸੀਂ ਛੋਟਾ ਮੋਟਾ ਕੰਮ ਵੀ ਹੈ ਜਿਹੜਾ ਉਹ ਵੀ ਕਰਦੇ ਹਾਂ। ਤੇ ਇਹ ਇੱਕ ਉਦਾਹਰਣ ਨੇ ਕਿ ਜਿੱਥੇ ਅੱਜ ਕੱਲ੍ਹ ਲੋਕ ਬਾਹਰ ਜਾ ਕੇ ਆਪਣੇ ਆਪ ਨੂੰ ਵੈਲ ਐਸਟੈਬਲਿਸ਼ ਕਰਨ ਦੀ ਕੋਸ਼ਿਸ਼ ਕਰਦੇ ਆ, ਤੇ ਇਹਨਾਂ ਨੇ 0 ਤੋਂ ਸਟਾਰਟ ਕਰਕੇ ਇੱਥੇ ਹੀ ਆਪਣੇ ਆਪ ਨੂੰ ਐਸਟੈਬਲਿਸ਼ ਕੀਤਾ ਆ। ਸੋ ਸਭ ਤੋਂ ਪਹਿਲਾਂ ਤੁਸੀਂ ਸੈਲੂਨ ਖੋਲ੍ਹਿਆ। ਹਾਂਜੀ, ਮੈਂ ਪਹਿਲਾਂ ਸਭ ਤੋਂ ਪਹਿਲਾਂ ਸੈਲੂਨ ਕੀਤਾ ਸੀ ਮੈਰਿਜ ਤੋਂ ਬਾਅਦ। ਮੈਂ ਬਾਅਦ ਵਿੱਚ ਕੋਰਸ ਕੀਤੇ ਸੀ ਜਿਹੜਾ ਸੈਲੂਨ ਵਾਸਤੇ ਕੀਤੇ ਆ, ਫਿਰ ਅਸੀਂ 2018 ਦੇ ਵਿੱਚ ਆਪਣਾ ਸੈਲੂਨ ਓਪਨ ਕੀਤਾ ਸੀ। ਜੀ, ਅਤੇ ਉਸ ਤੋਂ ਪਹਿਲਾਂ ਦੀ ਜਿਹੜੀ ਕਹਾਣੀ ਹੈ, ਜਿਵੇਂ ਤੁਸੀਂ ਕਿਹਾ ਕਿ ਮੈਂ ਮਤਲਬ ਕਿ 0 ਤੋਂ ਸਟਾਰਟ ਕੀਤਾ, ਉਸ ਤੋਂ ਪਹਿਲਾਂ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ? ਕਿਉਂਕਿ ਦੇਖੋ, ਜਿਹੜਾ ਇਹ ਪ੍ਰੋਫੈਸ਼ਨ ਹੈ ਨਾ, ਖਾਸ ਕਰਕੇ ਜਿਹੜੀ ਹਾਂਜੀ ਸਾਡੇ ਸਮਾਜ ਦੇ ਲੋਕ ਆ, ਉਹ ਇਹ ਵਾਲਾ ਪ੍ਰੋਫੈਸ਼ਨ ਹੈ ਜਿਹੜਾ ਉਹਨੂੰ ਬਹੁਤਾ ਵਧੀਆ ਨਹੀਂ ਮੰਨਿਆ ਜਾਂਦਾ, ਸੈਲੂਨ, ਬਿਊਟੀ ਪਾਰਲਰ, ਹੈ ਨਾ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ। ਚਲੋ ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਡਿਫਰੈਂਸ ਹਾਂਜੀ, ਹੁਣ ਹੋ ਤਾਂ ਗਿਆ। ਬਹੁਤ ਫਰਕ ਪੈ ਗਿਆ, ਕਿਉਂਕਿ ਬੱਚੇ ਬਾਹਰ ਜਾਂਦੇ ਆ ਤਾਂ ਉੱਥੇ ਪਤਾ ਇਸ ਚੀਜ਼ ਦੀ ਰਿਕੁਆਇਰਮੈਂਟ ਹੈਗੀ ਆ, ਹਾਂਜੀ, ਤੇ ਘਰ ਦੇ ਆਪ ਬੱਚੇ ਨੂੰ ਲਗਾ ਕੇ ਜਾਂਦੇ ਆ ਕਿ ਉੱਧਰ ਜਾ ਕੇ ਸਾਡਾ ਬੱਚਾ ਭੁੱਖਾ ਨਹੀਂ ਮਰੂਗਾ। ਜੀ ਬਿਲਕੁਲ। ਤੇ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਆਇਆ ਕਿ ਮੈਂ ਇਸ ਲਾਈਨ 'ਚ ਜਾਣਾ ਆ?
ਅਸੀਂ ਨਾ ਮਤਲਬ ਮੇਰੀ ਮੈਰਿਜ ਨੂੰ ਜਿਸ ਕੁਛ ਕੁ ਟਾਈਮ ਹੋਇਆ ਸੀ, 2 ਕੁ ਮਹੀਨੇ ਹੋਏ ਸੀ, ਅਤੇ ਮੈਨੂੰ ਨਾ ਜਿਵੇਂ ਸਟਿਚਿੰਗ ਦਾ ਬਹੁਤ ਸ਼ੌਂਕ ਸੀਗਾ, ਮੈਂ ਸਟਿਚਿੰਗ ਕਰਨੀ ਕੱਪੜੇ, ਅਤੇ ਜੀ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਨਾ ਕੁਛ ਕਰਨਾ, ਅਤੇ ਆਪਾਂ ਪਤਾ ਕਰਕੇ ਆਈਏ। ਕਹਿੰਦੇ ਚਲੋ ਅਸੀਂ ਨਾ ਫੋਨ ਤੋਂ ਗੂਗਲ ਤੋਂ ਦੇਖਿਆ ਵੀ ਕੌਣ ਨੇ, ਅਤੇ ਉੱਥੇ ਓਰੇਨ ਆ ਗਿਆ। ਸਾਨੂੰ ਨਹੀਂ ਸੀ ਉਸ ਟਾਈਮ ਪਤਾ ਕਿ ਬਿਊਟੀਸ਼ਨ ਦਾ ਕਰਵਾਉਂਦੇ ਜਾਂ ਸਟਿਚਿੰਗ ਦਾ ਜੀ ਕਰਵਾਉਂਦੇ ਆ, ਤਾਂ ਅਸੀਂ ਜੀ ਓਰੇਨ ਦੇ ਵਿੱਚ ਚਲੇ ਗਏ ਬਠਿੰਡਾ, ਅਤੇ ਉੱਥੇ ਜਾ ਕੇ ਅਸੀਂ ਜਦੋਂ ਉਹਨਾਂ ਕੋਲ ਗਏ, ਅਤੇ ਅਸੀਂ ਉਹਨਾਂ ਨੇ ਸਾਨੂੰ ਸਾਰੀ ਫੀਸ ਵਗੈਰਾ ਸਮਝਾਈ। ਉੱਥੇ ਜਾ ਕੇ ਸਾਨੂੰ ਪਤਾ ਲੱਗ ਹੀ ਗਿਆ ਕਿ ਮਤਲਬ ਬਿਊਟੀਸ਼ਨ ਦਾ ਕਰਵਾਉਂਦੇ, ਸੈਲੂਨ ਵਰਕ ਇਹਨਾਂ ਦੇ। ਅਤੇ ਜਦੋਂ ਉਹ ਸਾਨੂੰ ਫੀਸ ਸਮਝਾ ਰਹੇ ਸੀ ਨਾ, ਅਤੇ ਮਤਲਬ ਉਹਨਾਂ ਨੇ ਸਾਨੂੰ ਕਾਫੀ ਸਾਰੇ ਮਤਲਬ ਦੱਸੇ, ਕੋਈ 1.5 ਲੱਖ ਦਾ, ਕੋਈ ਲੱਖ ਦਾ, ਕੋਈ 50,000 ਦਾ, ਇੱਕ ਜੀ ਉਹਨਾਂ ਨੇ ਸਾਨੂੰ 80,000 ਦਾ ਦੱਸਿਆ ਸੀਗਾ। ਜੀ ਉਹ ਕਹਿੰਦੇ ਇਹਦੀ ਫੀਸ ਆ 80,000, ਅਤੇ ਸਾਨੂੰ ਅੱਛਾ ਲੱਗਿਆ ਕਿ ਚਲੋ 8,000 ਰੁਪਇਆ ਫੀਸ ਹੈ, ਕਿਉਂਕਿ ਆਪਾਂ ਨੂੰ ਨੋਰਮਲ ਐਂ ਹੁੰਦਾ ਕਿ ਇਹ ਕੋਰਸ ਜੀ ਕਿੰਨੇ ਕੁ ਜੀ ਮਹਿੰਗੇ ਆ, ਹਾਂਜੀ ਬਾਕੀ ਇਸ ਗੱਲ ਨੂੰ ਵੀ 7-8 ਸਾਲ ਹੋ ਗਏ। ਅਤੇ ਜੀ ਅਸੀਂ ਜਦੋਂ ਉਹਨਾਂ ਨੇ 80,000 ਕਿਹਾ ਨਾ, ਅਸੀਂ ਕਿਹਾ ਚਲੋ 8,000 ਆ, ਬਟ ਉਹਨਾਂ ਨੂੰ ਵੀ ਪਤਾ ਚੱਲ ਗਿਆ ਸੀ ਕਿ ਇਹਨਾਂ ਨੂੰ 8,000 ਹੀ ਲੱਗਿਆ, ਅਤੇ ਉਹਨਾਂ ਨੇ ਸਾਨੂੰ ਦੁਬਾਰਾ ਰਿਪੀਟ 'ਚ ਕਿਹਾ 80,000, ਅਤੇ ਫਿਰ ਅੱਛਾ ਅਸੀਂ ਦੋਵਾਂ ਨੇ ਇੱਕ ਦੂਜੇ ਦੇ ਫੇਸ ਵੱਲ ਦੇਖਿਆ ਕਿ 80,000 ਰੁਪਇਆ ਨਾ, ਕਿ ਬਹੁਤ ਜ਼ਿਆਦਾ ਫੀਸ ਆ। ਅਸੀਂ ਜੀ ਉੱਥੋਂ ਆ ਗਏ ਘਰ ਆ ਕੇ ਮੰਮੀ ਨਾਲ ਗੱਲ ਕੀਤੀ, ਫਿਰ ਮੰਮੀ ਕਹਿੰਦੇ ਚਲੋ ਤੁਸੀਂ ਦੇਖ ਲਓ ਵੀ ਜਿਵੇਂ ਤੁਹਾਨੂੰ ਠੀਕ ਲੱਗਦਾ ਵਾ ਕਿ ਤੁਸੀਂ ਆਪਸ 'ਚ ਸਲਾਹ ਕਰ ਲਓ। ਅਤੇ ਫਿਰ ਅਸੀਂ ਕਿਹਾ ਵੀ ਚਲੋ ਕੋਈ ਨਾ ਕਰ ਲੈਂਦੇ, ਕੁਛ ਤਾਂ ਕਰਨਾ ਹੀ ਨਾ। ਫਿਰ ਮੈਂ ਉੱਥੇ ਐਡਮਿਸ਼ਨ ਲੈ ਲਈ ਔਰੇਂਜ 'ਚ ਬਠਿੰਡਾ, ਉੱਥੇ ਮੇਰੇ 1 ਸਾਲ ਦਾ ਕੋਰਸ ਸੀਗਾ, ਅਤੇ ਉੱਥੇ ਮੈਂ ਆਪਦਾ ਕੋਰਸ ਕੰਪਲੀਟ ਕਰ ਲਿਆ। ਫਿਰ ਉਸ ਤੋਂ ਜੀ ਬਾਅਦ ਮੈਂ ਤਲਵੰਡੀ ਸਾਬੋ 6 ਮਹੀਨੇ ਜੋਬ ਕੀਤੀ ਸੀਗੀ, ਅਤੇ ਜੀ ਉਦੋਂ ਮੇਰੀ ਬੇਟੀ ਹੋਣ ਵਾਲੀ ਸੀਗੀ, ਅਤੇ ਫਿਰ ਮੈਂ ਉਹ ਜਿਹੜੀ ਜੋਬ ਉਹ ਛੱਡ ਦਿੱਤੀ। ਅਤੇ ਜਦੋਂ ਮੇਰੀ ਬੇਟੀ ਹੋ ਗਈ ਸੀ, ਫਿਰ ਮੈਂ ਉਹਨੂੰ ਮੈਨੂੰ ਲੱਗਿਆ ਕਿ ਹੁਣ ਮੈਂ 1.5 ਸਾਲ ਉੱਥੇ ਲਾਇਆ ਨਾ, 1.5 ਲੱਖ ਰੁਪਇਆ ਮੈਂ ਉੱਥੇ ਖਰਾਬ ਕੀਤਾ, ਵੀ ਜੇ ਮੈਂ ਨਾ ਕੀਤਾ ਨਾ, ਲੋਕ ਕਹਿਣਗੇ ਕਰਕੇ ਘਰੇ ਬੈਠ ਕੇ, ਹੁਣ ਕੁਛ ਕੀਤਾ ਵੀ ਨਹੀਂ ਗਿਆ। ਪਹਿਲਾਂ ਮੈਂ ਡੇਲੀ ਅਪ ਡਾਊਨ ਕਰਨਾ, ਸਵੇਰੇ ਜਾਣਾ, ਸੁਬਾਹ 8 ਵਜੇ, ਰਾਤ ਨੂੰ 7 ਵਜੇ ਘਰੇ ਆਉਣਾ, ਵੀ ਉਹ ਮੇਰੀ ਮਿਹਨਤ ਤਾਂ ਜਮਾਂ ਹੀ ਪਾਣੀ ਹੋ ਜੂਗੀ। ਫਿਰ ਮੈਂ ਸੋਚਿਆ ਮੈਂ ਅੱਗੇ ਕੁਛ ਕਰਾਂ, ਤੇ ਮੈਂ ਜੀ ਇਦਾਂ ਹੀ ਨਾ ਬੈਠੀ ਨੇ ਲੈਕਮੀ ਦੀ ਐਡ ਦੇਖੀ ਉੱਥੇ ਚੰਡੀਗੜ੍ਹ ਦੀ, ਤੇ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਉੱਥੇ ਐਡਮਿਸ਼ਨ ਲੈਣੀ ਹੈ। ਕਹਿੰਦੇ ਚਲੋ ਆਪਾਂ ਉੱਥੇ ਦੇਖ ਲੈਂਦੇ। ਮੈਨੂੰ ਐਸੀ ਮੈਂ ਇਕੱਲਾ ਮੇਕਅਪ ਦਾ ਜ਼ਿਆਦਾ ਸਟਰੋਂਗ ਕਰਨਾ, ਕਿ ਬਾਕੀ ਤਾਂ ਚਲੋ ਹੋ ਹੀ ਜਾਂਦੇ ਹੈ ਨਾ, ਜੀ ਵੀ ਮੇਕਅਪ ਦੇ ਵਿੱਚ ਮੈਂ ਜ਼ਿਆਦਾ ਵਧੀਆ ਕਰਨਾ। ਫਿਰ ਮੈਂ, ਮੇਰੀ ਬੇਟੀ 2.5 ਕੁ ਮਹੀਨਿਆਂ ਦੀ ਸੀਗੀ, ਤੇ ਜੀ ਮੈਂ ਇਹਨੂੰ ਨਾਲ ਲੈ ਕੇ ਚੰਡੀਗੜ੍ਹ ਚਲੇ ਗਈ। ਫਿਰ ਉੱਥੇ ਅਸੀਂ 6 ਮਹੀਨੇ ਲਾਏ, ਮੈਂ ਉੱਥੇ ਮੇਕਅਪ ਦਾ ਕੀਤਾ ਲੈਕਮੀ ਤੋਂ, ਫਿਰ ਜੀ ਆ ਕੇ ਮੈਂ ਦੁਬਾਰਾ ਫਿਰ ਜੋਬ ਲਈ ਅਪਲਾਈ ਕੀਤਾ। ਫਿਰ ਮੈਂ ਓਰੇਨ ਦੇ ਵਿੱਚ 10 ਕੁ ਦਿਨ ਗਈ, ਮਤਲਬ ਉਹਨਾਂ ਨੇ ਮੈਨੂੰ ਕੋਈ ਚੰਗੀ ਤਰ੍ਹਾਂ ਰਿਸਪੌਂਸ ਨਹੀਂ ਦਿੱਤਾ, ਡੇਲੀ ਬੁਲਾ ਲੈਂਦੇ ਰਹੇ ਸੀਗੇ। ਤੇ ਫਿਰ ਉਸ ਤੋਂ ਬਾਅਦ ਮਤਲਬ ਜੇ ਆਪਾਂ ਕਹਿੰਦੇ ਨਾ ਬੰਦਾ ਫਰਸਟ੍ਰੇਟ ਜਿਹਾ ਹੋ ਜਾਂਦਾ ਵੀ ਯਾਰ ਛੱਡ ਹੁਣ ਨਹੀਂ ਮੈਂ ਜਾਣਾ, ਹਨਾ ਵੀ ਮੈਨੂੰ ਕੁਛ ਦੱਸਦੇ ਤਾਂ ਹੈ ਨਹੀਂ ਆ ਉਹ, ਫਿਰ ਅਸੀਂ ਆਪਣਾ ਖੋਲ੍ਹਣ ਬਾਰੇ ਸੋਚ ਲਿਆ। ਅੱਛਾ ਫਿਰ ਮੈਂ ਇਹਨਾਂ ਨਾਲ ਸਲਾਹ ਕੀਤੀ, 2-4 ਰਿਸ਼ਤੇਦਾਰਾਂ ਦੀ ਸਲਾਹ ਲਈ, ਸਾਰੇ ਕਹਿੰਦੇ ਕਿ ਬੈਸਟ ਆ ਜੇ ਤੁਸੀਂ ਆਪਣਾ ਕਰੋਗੇ, ਇਦੋਂ ਵਧੀਆ ਹੋਰ ਕਿਹੜੀ ਗੱਲ ਆ। ਫਿਰ ਅਸੀਂ ਆਪਣਾ ਹੀ ਖੋਲ੍ਹਣ ਬਾਰੇ ਸੋਚ ਲਿਆ, ਫਿਰ ਅਸੀਂ ਆਪਣਾ ਖੋਲ੍ਹ ਲਿਆ ਜੀ। ਪਹਿਲਾਂ ਤਾਂ ਬੜਾ ਜੀ ਲੋਕ ਪਹਿਲਾਂ ਮਤਲਬ ਕਹਿੰਦੇ ਰਹੇ, ਬਹੁਤ ਨੇ ਡੀਮੋਟੀਵੇਟ ਵੀ ਕੀਤਾ ਵੀ ਇਹ ਕਿਹੜਾ ਕੰਮ ਆ, ਵਧੀਆ ਕੰਮ ਨਹੀਂ ਹੈਗਾ, ਹਨਾ। ਵੀ ਕੁਛ ਬੰਦੇ ਇਹੋ ਜਿਹੇ ਵੀ ਹੈ ਹਨਾ ਜਿਹੜੇ ਮੈਨੂੰ ਹੁਣ ਮਤਲਬ ਮਿਲੇ ਤੇ ਕਹਿੰਦੇ ਵੀ ਯਾਰ ਸਾਡੀ ਜਾਂ ਮੇਰੀ ਵਾਈਫ ਨੂੰ ਕਰਵਾ ਦਿਓ ਜਾਂ ਸਾਡੇ ਕਿਸੇ ਨੂੰ ਕਰਵਾ ਦਿਓ ਯਾਰ, ਵੀ ਤੁਹਾਡਾ ਵਧੀਆ ਚੱਲ ਪਿਆ, ਹਨਾ। ਜੀ ਵੀ ਐਵੇਂ ਫਰਕ ਪੈਂਦਾ, ਈਵਨ ਕਿ ਸਾਡੇ ਫੈਮਿਲੀ ਨੇ ਬਹੁਤ ਸਪੋਰਟ ਕੀਤੀ, ਸਾਡੇ ਮੇਰੇ ਫੈਮਿਲੀ ਜਦੋਂ ਅਸੀਂ ਰਿਸ਼ਤੇਦਾਰ ਚੰਡੀਗੜ੍ਹ ਐਡਮਿਸ਼ਨ ਲੈਣ ਗਏ, ਮੇਰੇ ਦਾਦਾ ਜੀ ਨੂੰ ਨਾਲੇ ਇੰਨਾ ਪਤਾ ਵੀ ਨਹੀਂ ਸੀ, ਬਜ਼ੁਰਗਾਂ ਨੂੰ ਥੋੜ੍ਹਾ ਪਤਾ ਹੁੰਦਾ ਜੀ ਜੀ ਉਹ ਸਾਡੇ ਨਾਲ ਗਏ ਸਾਡੇ ਸੀ ਨਾਲ ਉਹ। ਗਏ ਐਡਮਿਸ਼ਨ ਹੋਣ, ਅੱਛਾ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਜੇ ਕਰਨਾ ਇਹਨੇ, ਮਤਲਬ ਸਾਡੀ ਨਾ ਪਿੱਛੋਂ ਜੁਆਇੰਟ ਫੈਮਿਲੀ ਹੈ। ਵੈਸੇ ਆਪਾਂ ਕਹਿੰਦੇ ਜਿਵੇਂ ਰੋਟੀ ਪਾਣੀ ਅਲੱਗ ਹੁੰਦਾ, ਤੇ ਵੈਸੇ ਸਾਡੀ ਜੁਆਇੰਟ ਫੈਮਿਲੀ ਵਾਂਗੂ ਹੀ ਆ। ਦਾਦਾ ਜੀ ਨੇ, ਤਾਇਆ ਜੀ, ਉਹਨਾਂ ਦੇ ਗਾਂ 2 ਬੇਟੇ ਨੇ, ਤੇ ਸਾਡੇ ਇਕੱਠੇ ਹੀ, ਜਿਵੇਂ ਘਰ 'ਚ ਕੋਈ ਕੰਧ ਨਹੀਂ ਹੁੰਦੀ ਜਦੋਂ ਅਸੀਂ ਪਿੰਡ ਰਹਿੰਦੇ ਹਾਂ। ਤੇ ਮਤਲਬ ਸਾਨੂੰ ਫੈਮਿਲੀ 'ਚੋਂ ਮੈਨੂੰ ਕਦੇ ਕਿਸੇ ਨੇ ਨਹੀਂ ਕਿਹਾ ਵੀ ਇਹ ਕੋਰਸ ਨਹੀਂ ਕਰਨਾ ਜਾਂ ਕਿਹੜੇ ਕੰਮ 'ਚ ਪਈ ਆ। ਲੋਕ ਜੀ ਕਹਿੰਦੇ ਸੀ, ਉਸ ਪਤਾ ਚੱਲ ਜਾਂਦਾ ਸੀ, ਹੈਨਾ, ਕਿ ਸਾਨੂੰ ਨਹੀਂ ਕੋਈ ਕਹਿੰਦਾ, ਉਹਨਾਂ ਤੱਕ ਹੀ ਕੋਈ ਕਹਿੰਦਾ ਸੀ, ਤੇ ਸਾਨੂੰ ਉਹ ਦੱਸ ਹੀ ਦਿੰਦੇ ਸੀ, ਸਾਡੇ ਘਰ ਦੇ ਸੀਗੇ। ਪਰ ਸਾਡੀ ਫੈਮਿਲੀ 'ਚ ਜਿਵੇਂ ਤਾਇਆ ਜੀ ਸੀ ਤੇ ਦਾਦਾ ਜੀ, ਉਹਨਾਂ ਨੇ ਕਦੀ ਨਹੀਂ ਕਿਹਾ ਵੀ ਤੂੰ ਇਹ ਕਿਹੜਾ ਕੰਮ ਕਰਨ ਦੀ, ਇਹ ਵੀ ਕੋਈ ਕੰਮ ਆ, ਕਿਉਂਕਿ ਅੱਜ ਤੋਂ ਮੈਂ 8 ਸਾਲ ਪਹਿਲਾਂ ਕੀਤਾ ਸੀਗਾ, ਤੇ ਉਦੋਂ ਲੋਕਾਂ ਦੀ ਥੋੜੀ ਜਿਹੀ ਸੋਚ ਹੋਰ ਸੀਗੀ। ਹੁਣ ਤਾਂ ਜਿਵੇਂ ਸਾਡੇ ਪਿੰਡ 'ਚ ਮੈਂ ਕੀਤਾ, ਮੈਂ ਉੱਥੋਂ ਇੱਥੇ ਆ ਕੇ ਅਸੀਂ ਰਹਿਣ ਲੱਗ ਗਏ, ਮੇਰਾ ਇੰਨਾ ਵਧੀਆ ਕੰਮ ਆ, ਸਭ ਨੂੰ ਪਤਾ। ਤੇ ਹੁਣ ਸਗੋਂ ਲੋਕ ਜਿਹੜੇ ਆਪਣੀ ਜਿਹੜੇ ਮਤਲਬ ਏਜਡ ਵੀ ਹੋ ਗਏ, ਉਹ ਆਪਣੀਆਂ ਵੀ, ਉਹ ਵੀ ਚਾਹੁੰਦੇ ਕਿ ਸਾਡੀ ਨੂੰਹਾਂ ਵੀ ਇਹੀ ਕੰਮ ਕਰਨ, ਜੀ ਵੀ ਸਭ ਨੂੰ ਪਸੰਦ ਹੈ। ਹੁਣ ਤਾਇਆ ਜੀ ਇਹ ਨਾ ਆਰਮੀ 'ਚੋਂ ਰਿਟਾਇਰ ਨੇ, ਉਹਨਾਂ ਨੂੰ ਐਂ ਬੜਾ ਲੱਗਿਆ ਰਹਿੰਦਾ ਵੀ ਸਾਡੇ ਬੱਚੇ ਸਾਰੇ ਵੀ ਕਮਾਉਂਦੇ ਹੋਣ, ਭਾਵੇਂ ਪ੍ਰਾਈਵੇਟ ਕਮਾਉਣ, ਭਾਵੇਂ ਕਿਵੇਂ ਵੀ ਕਮਾਉਣ, ਉਹ ਬਣਿਆ। ਇਹਦੀਆਂ ਉਦਾਹਰਨਾਂ ਵੀ ਦਿੰਦੇ ਆ ਹਰ ਇੱਕ ਨੂੰ ਰਿਸ਼ਤੇਦਾਰੀ 'ਚ, ਜਾਂ ਵੀ ਹਨਾ ਵੀ ਉਹ ਬੜੀ ਵਧੀਆ ਵੀ ਛੋਟੀ ਜਵਾਕ ਨੀ ਲੈ ਕੇ ਗਏ ਮਤਲਬ ਮੈਨੂੰ, ਜਦ ਤੱਕ ਕੰਮ ਆਪਾਂ ਨੂੰ ਕਰ ਕਹਿੰਦੇ ਨਾ, ਰਹੇ ਆਪਾਂ ਨੂੰ ਖੁਦ ਨੂੰ ਨਹੀਂ ਪਤਾ ਚੱਲਦਾ ਕਿ ਆਪਾਂ ਸਟਰਗਲ ਕੀਤਾ। ਇੱਕ ਤਾਂ ਮੇਰੀ ਏਜ ਉਦੋਂ ਯੰਗ ਸੀਗੀ, ਮੈਨੂੰ ਇੰਨਾ ਫੀਲ ਨਹੀਂ ਸੀ ਹੁੰਦਾ, ਜੀ ਜੀ ਬਟ ਜਦੋਂ ਮੈਂ ਹੁਣ ਉਹ ਚੀਜ਼ਾਂ ਨੂੰ ਸੋਚਦੀ ਨਾ, ਸਵੇਰੇ 8 ਵਜੇ ਘਰ ਦਾ ਕੰਮ ਕਰਕੇ ਰਾਤ ਨੂੰ ਫਿਰ ਘਰ ਦਾ ਕੰਮ ਕਰ
ਸਾਡੇ ਮਤਲਬ ਗੁਆਂਢ 'ਚ ਵੀ ਇਹ ਗੱਲ ਕਹਿੰਦੇ ਸੀ, ਮੇਰੇ ਤੇ ਆਂਟੀ ਨੇ ਸਾਡੇ ਪਿੰਡੋਂ ਹੀ, ਉਹਨਾਂ ਦਾ ਸਾਡੇ ਰਿਸ਼ਤੇਦਾਰ ਵੀ ਨੇ ਮਤਲਬ, ਉਹਨਾਂ ਨੂੰ ਵੀ ਉਹ ਵੀ ਅੰਕਲ ਕਹਿੰਦੇ, ਕਹਿੰਦੇ ਯਾਰ ਕਹਿੰਦੇ ਉਹਨੂੰ ਕਹੋ ਕੁੜੀ ਨੂੰ ਵੀ ਹੁਣ ਘਰੇ ਬਹਿ ਜੂਗੀ ਟਿਕ ਕੇ, ਕਿਉਂ ਤੁਰੀ ਫਿਰਦੀ ਆ ਵੀ ਸਕੂਲ 'ਚ ਸਾਰਿਆਂ ਨੂੰ ਹੁੰਦਾ ਹੀ ਨਾ, ਵੀ ਜਿਵੇਂ ਆਪਾਂ ਦੇਖਦੇ ਕਹਿੰਦਾ ਆਏ ਹਾਂ, ਹਾਂ ਪਰ ਮੈਨੂੰ ਅੱਜ ਇਹ ਤੱਕ ਵੀ ਤਾਂ ਜਿਵੇਂ ਮੇਰੇ ਦੋਨੋਂ ਬੱਚੇ ਆਪਰੇਸ਼ਨ ਨਾਲ ਹੋਏ ਸਜੇਰੀਅਨ, ਮੈਨੂੰ ਕੋਈ ਪ੍ਰੋਬਲਮ ਨਹੀਂ ਆਈ, ਮੇਰਾ ਵਰਕ ਵੀ ਖੜ ਕੇ ਕਰਨ ਵਾਲਾ, ਜੋ ਮੇਕਅਪ ਕਰਦੇ ਤੁਹਾਨੂੰ ਪਤਾ ਤਿੰਨ ਜੀ ਤਿੰਨ ਜੀ ਘੰਟੇ ਦਾ ਕੰਮ ਜੀ ਹੁੰਦਾ ਨਾ, ਬਿਲਕੁਲ ਬਿਲਕੁਲ ਮੇਰੇ ਕਦੇ ਬੈਕ ਪੇਨ ਕੁਛ ਨਹੀਂ ਹੋਇਆ, ਜੇ ਹੁੰਦਾ ਵੀ ਆ ਮਤਲਬ ਆਪਣੀਆਂ ਜ਼ਿੰਮੇਵਾਰੀਆਂ ਹੁੰਦੀਆਂ ਸਿਰ ਤੇ, ਆਪਾਂ ਨੂੰ ਆਪਣਾ ਪਰਿਵਾਰ ਦੇ ਦੋ, ਮੈਂ ਕਦੇ ਫੀਲ ਵੀ ਨਹੀਂ ਕੀਤਾ ਕਿ ਹਾਂ ਮੈਨੂੰ ਇਹ ਕੋਈ ਪ੍ਰੋਬਲਮ ਆ ਰਹੀ ਆ ਜੀ ਕਿ ਮੈਂ ਉਹ, ਬਾਕੀ ਸਾਡੇ ਸੈਲੂਨ ਸਾਡਾ ਸਟਾਫ ਵੀ ਬਹੁਤ ਵਧੀਆ ਕਿ ਸਾਰਾ ਸਮ ਕੰਮ ਉਹ ਸਾਂਭਦੇ ਆ, ਬਸ ਮੈਂ ਬ੍ਰਾਈਡਲ ਕਰਨੀ ਜਾਣੀ ਹੁੰਦੀ ਸੀ ਤੇ ਅੱਛਾ ਮੈਨੂੰ ਐਂ ਲੱਗਦਾ ਸੀ ਕਿ ਜੇ 10 ਦਿਨਾਂ 'ਚ, ਮੈਨੂੰ ਪਤਾ ਸੀ ਮੇਰੀ ਬੇਟੀ ਵੇਲੇ ਮੈਂ 8-10 ਦਿਨਾਂ 'ਚ ਰਿਕਵਰ ਹੋ ਗਈ ਸੀਗੀ ਕਿ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਆਈ ਤੇ ਇਸ ਟਾਈਮ ਵੀ ਨਹੀਂ ਆਊਗੀ, ਤੇ ਮੈਂ ਉਹਨਾਂ ਨੂੰ ਪਹਿਲਾਂ ਹੀ ਬੋਲ ਰੱਖਿਆ ਸੀ ਕਿ ਜਦੋਂ ਵੀ ਆਪਣੇ ਕੋਲ ਮਤਲਬ 15 ਤਰੀਕ ਤੋਂ ਬਾਅਦ ਕੋਈ ਵੀ ਬ੍ਰਾਈਡਲ ਆਈ ਨਾ, ਤੁਸੀਂ ਡਨ ਕਰ ਲਿਓ, ਕੈਂਸਲ ਨਾ ਕਰਿਓ, ਅੱਛਾ ਕਿਉਂਕਿ ਮੈਨੂੰ ਖੁਦ ਨੂੰ ਪਤਾ ਸੀ ਕਿ ਮੈਂ ਰਿਕਵਰ ਹੋ ਜਾਊਂਗੀ। ਪੈਸ਼ਨ ਸੀਗਾ ਨਾ ਤੁਹਾਡੇ ਅੰਦਰ ਉਹ। ਹਾਂਜੀ ਇਹਦਾ ਹਿੰਮਤ ਤਾਂ ਇਹਦੇ ਬਹੁਤ ਜ਼ਿਆਦਾ ਹੈ, ਜਿਹੜਾ ਵੀ ਕੰਮ ਇਹ ਸੋਚ ਲਏ ਵੀ ਆਹ ਕਰਨਾ ਹੈ, ਜਿਵੇਂ ਮੈਂ ਵੀਡੀਓ ਦਾ, ਮੈਂ ਇਹਨੂੰ ਪਹਿਲਾਂ ਮੈਂ ਕਹਿੰਦਾ ਰਿਹਾ, ਮੈਂ ਕਿਹਾ ਆਪਾਂ ਵੀਡੀਓ ਪਾ ਦਿਆ ਕਰੀਏ, ਮੈਂ ਚੈਨਲ ਬਣਾਈਏ, ਪਹਿਲਾਂ ਇਹਦਾ ਮਨ ਨਹੀਂ ਸੀਗਾ, ਫਿਰ ਇਹਨੇ ਇੱਕ ਦਿਨ ਮੈਨੂੰ ਕਹਿੰਦੀ ਵੀਡੀਓ ਬਣਾਉਣੀ ਹੈ, ਉਦਣ ਹੀ ਮੈਨੂੰ ਸੁਬਾਹ ਬੈਠੇ ਬੈਠੇ ਸ਼ਾਮ ਨੂੰ ਹੀ, ਮੈਂ ਨਾ ਸੈਲੂਨ 'ਚ ਬੈਠੀ ਸੀ ਤੇ ਅਸੀਂ ਜਿਵੇਂ ਸੈਲੂਨ 'ਚ ਸਾਰਾ ਸਟਾਫ ਸੀ, ਅਸੀਂ ਉਹੀ ਕਰਨ ਲੱਗ ਪਏ, ਮੈਂ ਵੀਡੀਓ ਬਣਾਉਣੀ ਆ, ਉਦੋਂ ਸਾਨੂੰ ਐਮ ਨਹੀਂ ਪਤਾ ਸੀ ਵੀ ਫੋਨ ਟੇਢਾ ਰੱਖਣਾ ਸਿੱਧਾ ਰੱਖਣਾ ਕਿਵੇਂ ਆ, ਅਸੀਂ ਉਂਝ ਹੀ ਲੱਗ ਗਏ ਤੇ ਮੈਨੂੰ ਐਂ ਲੱਗਿਆ ਵੀ ਬੜੀ ਵਧੀਆ ਬਣੀ ਆ, ਤੇ ਮੈਂ ਇਹ ਬਠਿੰਡੇ ਸੀ, ਮੈਂ ਇਹਨਾਂ ਨੂੰ ਫੋਨ ਕੀਤਾ, ਮੈਂ ਕਿਹਾ ਆਪਾਂ ਵੀਡੀਓ ਬਣਾਇਆ ਕਰਨੀ ਆ, ਤੇ ਕਹਿੰਦੇ ਅੱਛਾ ਠੀਕ ਆ, ਇਹਨਾਂ ਨੂੰ ਲੱਗਿਆ ਕਿ ਸੈਲੂਨ ਦੀ ਉਵੇਂ ਕਹਿੰਦੇ ਆ, ਮੈਂ ਕਿਹਾ ਨਹੀਂ ਜਿਵੇਂ ਅੱਜ ਕੱਲ੍ਹ ਲੋਕ ਬਣਾਉਂਦੇ ਨਾ ਵਲੌਗਸ ਬਣਾਉਂਦੇ ਜਾਂ ਜਿਵੇਂ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਉਵੇਂ, ਫਿਰ ਮੈਂ 31 ਅਕਤੂਬਰ ਨੂੰ ਇਹ ਚੀਜ਼ ਸੋਚੀ ਸੀ, 1 ਨਵੰਬਰ ਤੋਂ ਮੈਂ ਸਟਾਰਟ ਕਰਤੀ, ਫਿਰ ਉਹ ਦਿਨ ਆਇਆ, ਅੱਜ ਦਾ ਦਿਨ ਮੈਂ 1 ਦਿਨ ਵੀ ਗੈਪ ਨਹੀਂ ਪਾਇਆ ਬਣਾਉਣ ਤੋਂ। ਅੱਛਾ ਹੁਣ ਤੁਸੀਂ ਐਂ ਦੇਖ ਲਓ, ਮੇਰੇ 2 ਬੱਚੇ ਵੀ ਆ, ਮੇਰਾ ਕੰਮ ਵੀ ਆ, ਘਰ ਵੀ ਆ ਨਾ, ਤੇ ਵੀਡੀਓਜ਼ ਵੀ ਬਣਾਉਣੀ, ਮੈਂ ਨਾਲ ਨਾਲ ਸਾਰਾ ਕੁਝ ਮੈਨੇਜ ਕਰਦੀ ਹਾਂ। ਉਹੀ ਮੈਂ ਪੁੱਛ ਮਤਲਬ ਰਹੀ ਸੀ ਕਿ ਮੈਨੂੰ ਨਾ, ਕਿੱਦਾਂ ਮੈਨੇਜ ਕਰਦੇ ਮੈਂ ਹੋ, ਇਹ ਚੀਜ਼ ਮੈਨੇਜ ਕਰਦੀ, ਮਤਲਬ ਮੈਨੂੰ ਨਾ ਇਹ ਚੀਜ਼ਾਂ ਕਰਕੇ ਮਜ਼ਾ ਆਉਂਦਾ ਵਾ ਵੀ ਹਾਂ ਮੈਂ ਸੈਟੀਸਫੈਕਸ਼ਨ ਭੱਜ ਮਿਲਦੀ ਕੇ ਹੈ। ਕੰਮ ਕਰਾਂ, ਮੈਨੂੰ ਇਹ ਨਹੀਂ ਆ ਵੀ ਮੈਨੂੰ ਐਂ ਹੁੰਦਾ, ਮੈਨੂੰ ਚਾਹ ਹੁੰਦਾ ਵੀ ਅੱਜ ਮੈਂ ਵੀਡੀਓ ਬਣਾਉਣੀ ਹੈ, ਮੈਂ ਘਰ ਦਾ ਕੰਮ ਵੀ ਕਰਨਾ, ਮੈਂ ਸੈਲੂਨ ਵੀ ਜਾਣਾ, ਬੱਚੇ ਵੀ, ਇਹਨੂੰ ਹੁਣ ਮੈਂ 4:30 ਵਜੇ ਦੀ ਬੇਟੀ ਦੇ ਨਾਲ ਉੱਠਦੀ ਹਾਂ ਤੇ ਮੈਂ ਉਦੋਂ ਆਪਣਾ ਘਰ ਦੀ ਸਫਾਈ ਵਗੈਰਾ ਕਰਕੇ ਆਪ ਹੀ ਮੈਂ ਸਾਰਾ ਕੰਮ ਕਰਦੀ ਹਾਂ ਤੇ ਜੀ ਇਹਨੂੰ ਸਕੂਲ ਭੇਜ ਕੇ ਅਸੀਂ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਜਾਂਦੇ ਹਾਂ ਪਾਠ ਕਰਕੇ ਆਉਂਦੇ, ਉਸ ਤੋਂ ਬਾਅਦ ਆਪਦੇ ਕੰਮ ਨੂੰ ਕੰਟੀਨਿਊ ਕਰਦੇ ਹਾਂ ਫਿਰ ਜੀ। ਵੀ ਸਾਰਾ ਕੁਝ ਆਪਣੇ ਆਪ ਹੀ ਮੈਨੇਜ ਹੋ ਜਾਂਦਾ, ਬੰਦੇ 'ਚ ਹਿੰਮਤ ਹੋਣੀ ਚਾਹੀਦੀ, ਸਭ ਕੁਝ ਹੋ ਜਾਂਦਾ। ਇੱਕ ਮੈਂ ਹੋਰ ਪੁੱਛਣਾ ਸੀਗਾ, ਇੱਕ ਤਾਂ ਟਾਈਮ ਹੁੰਦਾ ਕਿ ਜਦੋਂ ਤੁਸੀਂ ਜੌਬ ਲੈਣ ਗਏ ਸੀਗੇ, ਇੱਕ ਉਹ ਟਾਈਮ ਹੈ ਹੁਣ ਤੁਸੀਂ ਲੋਕਾਂ ਨੂੰ ਜੌਬ ਦਿੱਤੀ ਹੋਈ ਹੈ, ਹਾਂਜੀ ਹੈ ਨਾ, ਹੁਣ ਤੁਸੀਂ ਕਿਵੇਂ ਦੇਖੋ ਫੀਲ ਸਾਡੇ ਹੁੰਦਾ? ਨਾਲ 3-4 ਕੁੜੀਆਂ ਵਾ, 2 ਮੁੰਡੇ ਆ ਜਿਹੜੇ ਜੁੜੇ ਹੋਏ ਆ ਨਾ, ਕਿ ਉਹ ਵੀ ਜੌਬ ਕਰ ਰਹੇ ਆ, ਮੈਨੂੰ ਐਂ ਲੱਗਦਾ ਹੁੰਦਾ ਕਿ ਯਾਰ ਮੈਂ ਵੀ ਇਸ ਕਾਬਿਲ ਹੈਗੀ ਹਾਂ ਕਿ ਮੈਂ ਲੋਕਾਂ ਨੂੰ ਜੌਬ, ਦੂਜਿਆਂ ਨੂੰ ਜੌਬ ਦੇ ਰਹੀ ਹਾਂ, ਕਿੱਥੇ ਮੈਂ ਆਪ ਅਸੀਂ ਜੌਬ ਲਿਆਉਂਦੇ ਹੁੰਦੇ ਹਾਂ ਕਿ ਕੋਈ ਸਾਨੂੰ 3,000 ਰੁਪਏ ਦੇ, 4,000 ਰੁਪਏ ਵੀ ਦੇ ਦੇ, ਕਿਉਂਕਿ ਜਦੋਂ ਮੈਂ ਕੋਰਸ ਸਟਾਰਟ ਕੀਤਾ ਸੀ ਨਾ, ਜਦੋਂ ਸਾਡੀ ਮੈਰਿਜ ਹੋਈ ਸੀ, ਸਾਡੇ ਘਰੇ ਕੋਈ ਵੀ ਪੱਕੇ ਤੌਰ ਤੇ ਇਨਕਮ ਦਾ ਸੋਰਸ ਨਹੀਂ ਸੀ ਹੈਗਾ, ਕਿਉਂਕਿ ਮੇਰੇ ਹਸਬੈਂਡ ਵੀ ਮਤਲਬ ਪ੍ਰਾਈਵੇਟ ਜੌਬ ਸੀ, ਕਿਤੇ ਲੱਗ ਜਾਂਦੇ ਸੀ, ਕਦੇ ਹਟ ਜਾਂਦੇ, ਤੁਹਾਨੂੰ ਪਤਾ ਹੀ ਹੈ ਪ੍ਰਾਈਵੇਟ ਜੌਬ ਦਾ ਕੀ ਹਾਲ ਹੁੰਦਾ ਨਾ, ਉਦੋਂ ਕੋਈ ਪੱਕਾ ਇਨਕਮ ਦਾ ਸੋਰਸ ਨਹੀਂ ਸੀ ਹੈਗਾ, ਤੇ ਜਦੋਂ ਮੈਂ ਕੋਰਸ ਕਰਨ ਲੱਗੀ, ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਸਾਨੂੰ ਫੀਸ ਬੜੀ ਜ਼ਿਆਦਾ ਲੱਗੀ ਸੀਗੀ, ਵੀ 80,000 ਫੀਸ ਬੜੀ ਹੁੰਦੀ ਆ, ਤੇ ਇੰਸਟਾਲਮੈਂਟ ਕਰਕੇ ਉਹਨਾਂ ਨੇ 40-40 ਹਜ਼ਾਰ ਭਰਵਾਉਂਦੇ ਆ, ਉਹਦਾ ਅਸੀਂ ਭਰ ਦਿੱਤੀ, ਕਿਉਂਕਿ ਠੇਕਾ ਟੁੱਕਾ ਆਉਂਦਾ ਨਾ ਆਪਣਾ, ਆਪਾਂ ਜ਼ਮੀਨ ਉਹਦੇ 'ਚੋਂ ਭਰਤੀ, ਫਿਰ ਉਸ ਤੋਂ ਬਾਅਦ ਡੇਲੀ ਜਿਹੜਾ ਕਿਰਾਇਆ ਕੱਢਣਾ ਸਾਨੂੰ, ਉਹ ਵੀ ਬੜਾ ਔਖਾ ਲੱਗਦਾ ਹੁੰਦਾ ਸੀਗਾ, ਤੇ ਕਈ ਕਈ ਵਾਰ ਨਾ ਇਹੋ ਜਿਹੀ ਸਿਚੁਏਸ਼ਨ ਹੁੰਦੀ ਸੀ ਵੀ ਕਿਤੇ ਜਾਣਾ ਹੁੰਦਾ ਸੀ ਨਾ, ਸਾਡੇ ਕੋਲ ਘਰੇ 100 ਰੁਪਇਆ ਵੀ ਨਹੀਂ ਸੀ ਹੁੰਦਾ, ਸਹੀ ਗੱਲ ਦੱਸੀਏ, ਵੀ ਅੱਜ ਪਰਮਾਤਮਾ ਦਿੱਤਾ ਸਭ ਕੁਝ ਹੈਗਾ, ਮਿਹਨਤ ਕੀਤੀ ਆ, ਪਰ ਉਦੋਂ ਇਹੋ ਜਿਹੇ ਟਾਈਮ 'ਤੇ ਸਾਡੇ ਕੋਲ ਕੁਛ ਨਹੀਂ ਹੁੰਦਾ ਸੀਗਾ, ਤੇ ਮੈਂ ਕਈ ਵਾਰ ਅਸੀਂ ਆਪਾਂ ਬਠਿੰਡੇ ਜਾਣਾ ਤੇ ਅਸੀਂ ਲੈਣਾ ਤਾਂ ਕੀ ਹੁੰਦਾ ਸੀ, ਕਿਉਂਕਿ ਇੰਨੇ ਤਾਂ ਪੈਸੇ ਵੀ ਨਹੀਂ ਸੀ ਹੁੰਦੇ, ਜੀ ਜੀ ਜੀ, ਤੇ ਅਸੀਂ ਮਾਲ ਵਗੈਰਾ 'ਚ ਚਲੇ ਜਾਣਾ, ਉੱਥੇ ਲੋਕਾਂ ਨੇ ਲਾਈਨਾਂ 'ਚ ਖੜੇ ਹੋਣਾ, ਕਾਰਡ ਸਵਾਈਪ ਕਰਨੇ, ਤੇ ਮੈਂ ਉੱਥੇ ਖੜੀ ਨੇ ਨਾ ਇਹੀ ਦੇਖੀ ਜਾਣਾ ਕਿ ਕਦੇ ਸਾਡੇ ਦੇ ਵੀ ਟਾਈਮ ਆਊਗਾ ਕਿ ਮੈਂ ਵੀ ਕਾਰਡ ਸਵਾਈਪ ਕਰਿਆ ਕਰੂੰਗੀ, ਜੋ ਚਾਹਿਆ ਉਹੀ ਲਿਆ ਲਿਆ ਕਰੂੰਗੀ, ਪਰ ਜਦੋਂ ਇਹ ਗੱਲ ਸੱਚੀ ਹੋ ਗਈ ਨਾ, ਮੈਨੂੰ ਆਪਣੇ ਆਪ 'ਤੇ ਯਕੀਨ ਨਹੀਂ ਆਉਂਦਾ ਕਿ ਸੱਚੀ ਯਾਰ ਅੱਜ ਉਹ ਦਿਨ ਆ ਗਏ ਜਿਹੜੀਆਂ ਗੱਲਾਂ ਮੈਂ ਸੋਚਦੀ ਹੁੰਦੀ ਸੀਗੀ, ਜੀ ਜੀ ਜੀ, ਮਤਲਬ ਜਿਵੇਂ ਲੋਕ ਕਹਿੰਦੇ ਨਾ ਰੱਬ ਸਾਡੀ ਮੰਨਦਾ ਨਹੀਂ, ਤੇ ਮੈਂ ਅੱਗੇ ਵੀ ਇਹਨਾਂ ਨਾਲ ਗੱਲਾਂ ਕਰਦੀ ਨਹੀਂ ਕਿ ਮੈਨੂੰ ਇਹ ਲੱਗਦਾ ਕਿ ਮੇਰੀ ਕਿਸਮਤ 'ਚ ਜੋ ਵੀ ਹੋਣਾ ਨਾ, ਪਹਿਲਾਂ ਮੈਂ ਸੋਚਦੀ ਹਾਂ, ਰੱਬ ਫਿਰ ਉਹਦੇ 'ਤੇ ਸਾਈਨ ਕਰਦਾ ਵੀ ਤੂੰ ਸੋਚ ਜੀ ਲੈ ਹੁਣ ਤੇਰੇ ਨਾਲ ਇਹ ਹੋਊਗਾ, ਜੀ ਕਿ ਮੈਂ ਜੋ ਵੀ ਮੰਗਿਆ ਨਾ ਮੈਨੂੰ ਉਹੀ ਮਿਲਿਆ ਪਰਮਾਤਮਾ ਤੋਂ, ਸੱਚੇ ਦਿਲੋਂ ਤੁਸੀਂ ਉਹਦੇ ਲਈ ਹਾਰਡ ਵਰਕ ਕਰਦੇ ਹੋ, ਤੁਸੀਂ ਆਪਣਾ ਪੈਸ਼ਨ ਦਿਖਾਉਂਦੇ ਹੋ, ਹੁਣ ਵੀ
ਅਸੀਂ ਉਦੋਂ ਫਿਰ ਇਹਦੇ ਮਤਲਬ ਸੈਲੂਨ ਓਪਨ ਤੋਂ ਕਰਨ ਤੋਂ ਬਾਅਦ ਹੀ ਅਸੀਂ 2 ਮਹੀਨਿਆਂ ਬਾਅਦ ਹੀ ਗੱਡੀ ਕਢਵਾ ਲਈ ਸੀ ਨਵੀਂ ਡਿਜ਼ਾਇਰ ਆਪਦੀ। ਤੇ ਮਤਲਬ ਇਹਦੇ ਤੋਂ ਬਾਅਦ ਸਾਨੂੰ ਐਂ ਲੱਗਿਆ ਵੀ ਸਾਡੇ ਦਿਨ ਹੀ ਬਦਲ ਗਏ ਆ। ਜਦੋਂ ਅਸੀਂ ਸੈਲੂਨ ਓਪਨ ਕੀਤਾ ਉਦੋਂ ਵੀ ਸਾਨੂੰ ਐਂ ਨਹੀਂ ਸੀ ਪਤਾ ਸਾਨੂੰ ਸਾਡਾ ਚੱਲੂਗਾ ਕਿ ਨਹੀਂ, ਬਸ ਆਪਾਂ ਕਹਿੰਦੇ ਨਾ ਨਿਆਣੀ ਮੱਤ ਜੀ ਹੁੰਦੀ ਕਿ ਆਪਾਂ ਜੀ ਖੋਲ ਲਿਆ। ਇੱਕ ਜੀ ਦਿਨ ਵੀ ਹੁਣ ਵੀ ਸੋਚੀਦਾ ਕਿ ਉਦੋਂ ਯਾਰ ਆਪਾਂ ਇੱਕ ਦਿਨ ਵੀ ਨਹੀਂ ਸੋਚਿਆ ਕਿ ਜੇ ਨਾ ਚੱਲਿਆ, ਕਿ ਸਾਡੇ ਮਾਇੰਡ 'ਚ ਨਾ ਕਿਸੇ ਵੇਲੇ ਇਹ ਗੱਲ ਹੀ ਨਹੀਂ ਆਈ ਕਿ ਜੇ ਨਾ ਚੱਲਿਆ ਫਿਰ ਆਪਾਂ ਕੀ ਕਰਾਂਗੇ। ਉਸ ਟਾਈਮ ਨਾ ਸਰਾਤ ਸੀ ਅਤੇ ਅਸੀਂ 2 ਦਿਨ ਪਹਿਲਾਂ ਓਪਨ ਕਰ ਲਿਆ। 22 ਸਤੰਬਰ ਨੂੰ ਸਾਡੇ ਸੈਲੂਨ ਦੀ ਓਪਨਿੰਗ ਹੋਈ ਸੀਗੀ, ਜੀ 24 ਨੂੰ ਸਰਾਤ ਸੀਗੇ, ਅਸੀਂ ਪਹਿਲਾਂ ਕਰ ਲਿਆ ਸੀ। 10 ਦਿਨ ਵਿਹਲੇ ਰਹੇ ਸੀ, ਸਾਨੂੰ ਨਹੀਂ ਵੈਸੇ ਲੱਗਿਆ ਵੀ ਅਸੀਂ ਵਿਹਲੇ ਹਾਂ, ਸਾਨੂੰ ਐਂ ਸੀ ਸਰਾਤ ਆ, ਚਲੋ ਕੋਈ ਨਾ ਕੋਈ ਥਰੈਡਿੰਗ ਕਰਵਾ ਜੀ ਜਾਂਦਾ। ਜੀ ਤੇ ਉਸ ਤੋਂ ਬਾਅਦ ਮਤਲਬ ਬਾਅਦ ਵੀ ਸਾਡਾ ਸੈਲੂਨ ਇੰਨਾ ਚੱਲਿਆ ਕਿ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਅਸੀਂ ਹੁਣ ਹੀ ਖੋਲ੍ਹਿਆ ਕਿ ਸਾਡਾ 2-3 ਸਾਲ ਪੁਰਾਣਾ ਹੈ। ਅੱਛਾ ਬਹੁਤ ਵਧੀਆ, ਸਾਡਾ ਹੁਣ ਵੀ ਬਹੁਤ ਵਧੀਆ ਸੈਲੂਨ ਚੱਲਦਾ ਜੀ। ਕਿਸੇ ਵੈਸੇ ਵੀ ਸਾਡਾ ਮਤਲਬ ਐਗਜ਼ਾਮਪਲ ਦਿੰਦੇ ਆ, ਜੇ ਕਿਸੇ ਨੇ ਮਤਲਬ ਆਪਦੀ ਕੋਈ ਬੇਟੀ ਨੂੰ ਜਾਂ ਉਹਨੂੰ ਲਾ ਕੇ ਵੀ ਜਾਂਦਾ, ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਹਾਂ ਯਾਰ ਵੀ ਉੱਥੇ ਉਹਦਾ ਸਲੂਨ ਵਾਲਾ ਇਹ ਕਿਹੜਾ ਕੰਮ ਹੈ। ਬਾਕੀ ਹੁਣ ਤਾਂ ਲੋਕਾਂ ਦੀ ਥਿੰਕਿੰਗ 'ਚ ਬਹੁਤ ਫਰਕ ਪੈ ਗਿਆ। ਜੀ ਬਿਲਕੁਲ ਪਹਿਲਾਂ ਲੋਕ ਕੋਈ ਨਹੀਂ ਸੀ ਇਹਨੂੰ ਸਹੀ ਮੰਨਦਾ, ਤੁਹਾਨੂੰ ਪਤਾ ਹੀ ਹੈ, ਸਾਰੇ ਅਗਲੇ ਕਹਿ ਜੀ ਦਿੰਦੇ ਇਹ ਵੀ ਕੋਈ ਕੰਮ ਆ, ਪਾਰਲਰ ਵਾਲੀਆਂ ਕਿਸੇ 'ਚ ਹੁੰਦੀਆਂ ਨਾ, ਕਿ ਜੀ ਕੁਝ ਜੀ ਲੋਕਾਂ ਨੇ ਆਪਦੀ ਰੈਪੂਟੇਸ਼ਨ ਖੁਦ ਹੀ ਐਵੇਂ ਦੀ ਬਣਾਈ ਹੁੰਦੀ ਸੀਗੀ। ਤੇ ਹੁਣ ਸਾਨੂੰ ਮੈਨੂੰ ਇੱਥੇ 6-7 ਸਾਲ ਹੋ ਗਏ ਇਸ ਲਾਈਨ 'ਚ ਆਈ ਨੂੰ, ਤੇ ਕਦੀ ਵੀ ਕੋਈ ਐਵੇਂ ਦੀ ਚੀਜ਼ ਨਹੀਂ ਹੋਈ ਕਿਸੇ ਨੇ ਸਾਨੂੰ ਕਮੈਂਟ ਵੀ ਪਾਸ ਕੀਤਾ ਹੋਵੇ। ਨਹੀਂ ਤਾਂ ਅਗਲੇ ਨੂੰ ਪਤਾ ਹੀ ਵੀ ਇਹਨਾਂ ਦਾ ਪ੍ਰੋਫੈਸ਼ਨ ਆਏ ਹੈ ਨਾ, ਵੀ ਜੀ ਇਸ ਬਿਲਕੁਲ ਲਾਈਨ ਦੇ ਵਿੱਚ ਤੁਰੇ ਜਾਂਦੇ ਆ, ਵੀ ਇਹ ਹੋ ਸਕਦਾ ਇਹ ਵੀ ਐਵੇਂ ਦੇ ਹੋਣ, ਪਰ ਜੀ ਸਾਰੇ ਵਧੀਆ ਰਿਸਪੈਕਟ ਕਰਦੇ ਖੁਦ ਨੂੰ। ਐ ਲੱਗਦਾ ਵੀ ਹਾਂ ਆਪਾਂ ਇੱਜ਼ਤ ਵੀ ਬਣਾਈ ਆ, ਨਾਮ ਤੇ ਬਣਾਇਆ ਬਣਾਇਆ ਕਿ ਆਪਾਂ ਇੱਜ਼ਤ ਵੀ ਕਮਾਈਏ, ਖੁਦ ਨੂੰ ਐ ਹੁੰਦਾ। ਨਹੀਂ ਤਾਂ ਮੌੜ ਮੰਡੀ ਅਸੀਂ ਆਉਂਦੇ, ਸਾਡਾ ਪਿੰਡ ਰਾਜਗੜ੍ਹ ਕੁੱਬੇ ਆ, ਤੇ ਸਾਨੂੰ ਕੋਈ ਨਹੀਂ ਸੀ ਜਾਣਦਾ। ਜਿਹੜੇ 1-2 ਸ਼ੌਪ ਤੇ ਆਪਾਂ ਆਉਂਦੇ ਨੇ ਕੱਪੜੇ ਲੈਣ ਜਾਂ ਕੋਈ ਜੀ ਹੋਰ ਜੀ ਸਮਾਨ, ਉਹੀ ਜਾਣਦੇ ਹੁੰਦੇ ਆ। ਤੇ ਹੁਣ ਸਾਨੂੰ ਦੁਕਾਨਾਂ ਵਾਲੇ ਤਾਂ ਕੀ, ਸਾਰਾ ਮੌੜ ਹੀ ਜਾਣਦਾ, ਜੀ ਲਾਗੇ ਬੰਨੇ ਵਾਲੇ ਪਿੰਡਾਂ ਵਾਲੇ ਸਾਰੇ ਜਾਣਦੇ ਆ। ਨਹੀਂ ਤੁਹਾਨੂੰ ਸਾਰਾ ਮੌੜ ਨਹੀਂ, ਤੁਹਾਨੂੰ ਸਾਰਾ ਪੰਜਾਬ ਹੀ ਹੁਣ ਤਾਂ ਜਾਣਦਾ। ਪੰਜਾਬ ਹੀ ਜਾਣਦਾ ਹੈ ਜੀ, ਉਹ ਚੈਨਲ ਤੋਂ ਬਾਅਦ ਕੁਝ ਹਾਂਜੀ ਮਤਲਬ ਜਿਹੜੀ ਅਸੀਂ ਸਫਲਤਾ ਉਹ ਆਪਦੇ ਸੈਲੂਨ ਤੋਂ ਬਹੁਤ ਸਾਰੀ ਮਿਲੀ ਸਾਨੂੰ। ਤੇ ਉਸ ਤੋਂ ਬਾਅਦ ਹੁਣ ਸਾਨੂੰ ਜਿਹੜਾ ਨਹੀਂ ਲੋਕ ਜਾਣਦੇ ਪੰਜਾਬ ਉਸ ਪੇਜ ਸੋਸ਼ਲ ਕਰਕੇ, ਮੀਡੀਆ ਹਾਂ ਤੋਂ ਜੀ ਜੀ ਉਹ ਸਿਫਤ ਵਲੌਗਸ ਤੋਂ ਜਾਣਨ ਹਾਂਜੀ ਲੱਗ ਪਏ। ਹਾਂ, ਤੇ ਸਰ ਕਿਵੇਂ ਮਿਲੇ ਤੁਸੀਂ, ਕਿਵੇਂ ਮੈਰਿਜ ਕਿਵੇਂ ਹੋਈ ਤੁਹਾਡੀ? ਮੈਰਿਜ ਤਾਂ ਅਸੀਂ ਮਿਲੇ ਤਾਂ ਫੇਸਬੁੱਕ ਤੇ ਸੀਗੇ, ਅੱਛਾ, ਤੇ ਬਸ ਐਂ ਬਸ ਉਦੋਂ ਮੈਰਿਜ ਘਰ ਦੇ ਕਹਿੰਦੇ ਸੀ ਵੀ ਵਿਆਹ ਕਰਵਾ ਲਾ, ਮੈਂ ਕਹਿਤਾ ਵੀ ਕਰਵਾ ਲੈਂਦੇ ਹਾਂ, ਫਿਰ ਵਿੱਚ ਕੁਝ ਦੋਸਤ ਪੈ ਗਏ ਤਾਂ ਬਸ ਲਵ ਦਾ ਮੈਰਿਜ। ਹਾਂ ਸਾਡੀ ਮਤਲਬ ਐ ਵੀ ਨਹੀਂ ਕਹਿ ਸਕਦੇ, ਅਸੀਂ ਨਾ ਦੋਵਾਂ ਨੇ ਇੱਕ ਦੂਜੇ ਨੂੰ ਦੇਖਿਆ ਮੈਰਿਜ ਵਾਲੇ ਦਿਨ ਹੀ ਸੀਗਾ। ਅੱਛਾ, ਵੀ ਅਸੀਂ 1 ਮਹੀਨਾ ਵੀ ਕੋਈ ਚੰਗੀ ਤਰ੍ਹਾਂ ਗੱਲ ਨਹੀਂ ਕੀਤੀ, ਜਿਵੇਂ ਆਪਾਂ ਕਹਿੰਦੇ ਪਰਮਾਤਮਾ ਨੇ ਸੰਜੋਗ ਰਲਾਏ ਹੁੰਦੇ ਆ ਨਾ। ਤੇ ਮੈਂ ਆਪਣੇ ਘਰੇ ਆਪਣੇ ਬ੍ਰਦਰ ਨੂੰ ਦੱਸਤਾ ਸੀ, ਉਹਨੂੰ ਵਧੀਆ ਲੱਗਾ ਹਨਾ ਵੀ ਚਲੋ ਮੇਰੀ ਸਿਸਟਰ ਨੇ ਮੇਰੇ ਨਾਲ ਗੱਲ ਸ਼ੇਅਰ ਕੀਤੀ। ਫਿਰ ਉਸ ਤੋਂ ਬਾਅਦ ਉਹਨੇ ਇੱਥੇ ਆ ਕੇ ਜਿਵੇਂ ਸਾਡੇ ਪਿੰਡ ਰਾਜਗੜ੍ਹ ਕੁੱਬੇ ਪਤਾ ਕੀਤਾ, ਉਹਦੇ 1-2 ਫਰੈਂਡਸ ਹੈਗੇ ਸੀ, ਉਹਨਾਂ ਨੂੰ ਵੀ ਚਪਾ ਕੇ ਘਰ ਤੱਕ ਪਹੁੰਚੇ, ਉਹਨਾਂ ਨੇ ਘਰ ਬਾਰ ਦੇਖਿਆ, ਸਭ ਕੁਝ ਵਧੀਆ ਲੱਗਿਆ। ਤੇ ਫਿਰ ਉਸ ਤੋਂ ਬਾਅਦ ਸਾਡੀ 1 ਮਹੀਨੇ ਬਾਅਦ ਹੀ ਮੈਰਿਜ ਹੋ ਗਈ, ਸਾਡਾ ਮਤਲਬ ਰੋਕਾ ਹੋਣਾ ਸੀਗਾ ਤੇ ਉਹ ਸਿੱਧੀ ਮੈਰਿਜ ਹੀ ਹੋ ਗਈ ਸਾਡੀ। ਅੱਛਾ, 15 ਜਨਵਰੀ ਨੂੰ ਸਾਡਾ ਰੋਕਾ ਹੋਣਾ ਸੀ, 25 ਜਨਵਰੀ ਨੂੰ ਸਾਡਾ ਵਿਆਹ ਹੀ ਹੋ ਗਿਆ, ਤੇ ਅੱਛਾ ਵਿਆਹ ਵਾਲੇ ਦਿਨ ਹੀ ਅਸੀਂ 1-2 ਦਿਨ ਦੇਖਿਆ ਸੀਗਾ। ਅੱਛਾ, ਬਹੁਤ ਵਧੀਆ ਜੀ। ਲੱਗਿਆ ਨੀ ਤੁਹਾਨੂੰ ਕਿ ਆ ਬੜਾ ਜਲਦੀ ਜਲਦੀ ਹੋ ਰਿਹਾ ਸਾਰਾ ਕੁਛ? ਉਦੋਂ ਤਾਂ ਵਧੀਆ ਹੀ ਲੱਗਦਾ ਹੁੰਦਾ ਲੱਗਦਾ ਸੀ ਵੀ ਚਲੋ ਵਧੀਆ ਨਾ, ਪਰ ਮੈਂ ਕਹਿੰਦੀ ਹਾਂ ਕਿ ਵਧੀਆ। ਮੇਰੀ ਏਜ, ਮੇਰੀ ਛੋਟੀ ਏਜ 'ਚ ਮੈਰਿਜ ਹੋ ਗਈ, ਮੇਰੀ 19 ਈਅਰ ਸੀ ਉਦੋਂ ਏਜ, ਹੁਣ ਮੈਂ 26 ਈਅਰ ਦੀ ਹਾਂ। ਤੇ ਉਦੋਂ ਮਤਲਬ ਮੈਨੂੰ ਇਹ ਲੱਗਦਾ ਕਿ ਕਿਸਮਤ 'ਚ ਪਰਮਾਤਮਾ ਨੇ ਮੇਰਾ ਲਿਖਿਆ ਹੀ ਸੀ ਇੰਨੀ ਜਲਦੀ ਜਲਦੀ ਹੋਣਾ ਨਾ, ਮੈਂ ਸਕਸੈਸ ਹੋਣਾ ਸੀ, ਕਾਮਯਾਬੀ ਜੀ ਲੈਣੀ ਸੀ ਬਿਲਕੁਲ ਬਿਲਕੁਲ ਨਾ। ਵੀ ਹੁਣ ਕਈ ਕੁੜੀਆਂ ਆਪਾਂ ਦੇਖਦੇ 30-30 ਸਾਲ ਦੀ ਉਮਰ ਤੱਕ ਵਿਆਹ ਜੀ ਨਹੀਂ ਕਰਵਾਉਂਦੇ ਨਾ, ਵੀ ਅਸੀਂ ਨਹੀਂ ਸਟੈਂਡ ਜੀ ਹੋਣਾ ਵਾ। ਜੀ ਜੀ ਤੇ ਮੈਂ ਵਿਆਹ ਤੋਂ ਬਾਅਦ ਹੀ ਸਟੈਂਡ ਹੋਈ ਆ ਜੀ। ਮੇਰੀ ਉਦੋਂ ਗ੍ਰੈਜੂਏਸ਼ਨ ਚੱਲ ਰਹੀ ਸੀਗੀ ਤੇ ਮੈਂ ਗ੍ਰੈਜੂਏਸ਼ਨ ਦਾ 1 ਸਮੈਸਟਰ ਹੀ ਕਲੀਅਰ ਕੀਤਾ ਸੀ, ਬਾਕੀ ਸਾਰੀ ਮੈਂ ਮੈਰਿਜ ਤੋਂ ਬਾਅਦ ਇੱਥੇ ਕੀਤੀ ਆ ਕੇ। ਜੀ ਬਸ ਮੈਂ ਐਗਜ਼ਾਮ ਦੇਣ ਜਾਂਦੀ ਸੀ ਤਰਨ ਤਾਰਨ ਜਾਂਦੀ ਸੀ ਮਾਝਾ ਕਾਲਜ 'ਚ, ਤੇ ਬਾਕੀ ਮੈਂ ਸਾਰੀ ਇੱਥੇ ਕੀਤੀ। ਉਸ ਤੋਂ ਬਾਅਦ ਮੈਂ ਨਾਲ ਹੀ ਓਰੇਨ ਦਾ ਕਰ ਲਿਆ ਸੀਗਾ ਜੀ। ਤੇ ਜਿਹੜਾ ਤੁਸੀਂ ਸੋਸ਼ਲ ਮੀਡੀਆ ਤੇ ਕੰਟੈਂਟ ਪਾਉਣੇ ਹੋ, ਕਿੱਥੋਂ ਆਈਡੀਆ ਲੈ ਕੇ ਆਉਣੇ ਹੋ? ਉਹ ਕੰਟੈਂਟ ਐਪ ਆਉਣੇ, ਜਿਵੇਂ ਹੁਣ ਕਈ ਵਾਰੀ ਆਪਾਂ ਦੇਖ ਲੈਨੇ ਸੁਣ ਲੈਨੇ, ਹੁਣ 2-4 ਜਣੇ ਗੱਲਾਂ ਕਰ ਰਹੇ ਹਨਾ, ਜਾਂ ਆਪਣੀ ਡੇਲੀ ਲਾਈਫ 'ਚ ਹੁੰਦੇ ਆ, ਆਪਾਂ ਵੀ ਹੁਣ ਰਹਿੰਦੇ ਪਰਿਵਾਰ ਦੇ ਵਿੱਚ, ਆਪਾਂ ਦੇਖਦੇ ਆ ਨਾ ਕਈਆਂ ਪਰਿਵਾਰਾਂ 'ਚ ਇਹ ਚੀਜ਼ ਹੁੰਦੀ ਆ ਜਾਂ ਕਿਸੇ ਚਾਹ ਹੁੰਦੀ। ਬਾਕੀ ਅੱਜ ਕੱਲ ਨਾ ਮਤਲਬ ਜਿਵੇਂ ਜਿਵੇਂ ਆਪਾਂ ਵੀ ਲੋਕਾਂ ਦੇ ਸਾਹਮਣੇ ਆਈ ਜਾਂਦੇ ਆ, ਤੇ ਲੋਕ ਬਹੁਤ ਕਮੈਂਟ ਮੈਸੇਜ ਕਰਦੇ ਆ ਕਿ ਦੀਦੀ ਸਾਡੀ ਇਹ ਚੀਜ਼ ਬਣਾ ਦਿਓ ਵੀਡੀਓ, ਸਾਡੇ ਰਿਲੇਸ਼ਨ ਬਾਰੇ, ਇਹਦੇ ਬਾਰੇ, ਮਤਲਬ ਬਹੁਤ ਸਾਰੇ ਰਿਲੇਸ਼ਨ ਬਾਰੇ ਕਹਿ ਦਿੰਦੇ, ਆਪਾਂ ਉਹਨਾਂ ਬਾਰੇ ਬਣਾ ਦਿੰਦੇ, ਲੋਕਾਂ ਕੋਲੋਂ ਬਹੁਤ ਆਈਡੀਆ ਮਿਲ ਜਾਂਦੇ ਆ ਜੀ। ਬਾਕੀ ਕਈ ਵਾਰੀ ਆਪਾਂ ਕਿਸੇ ਦੀ ਗੱਲਾਂ ਸੁਣਦੇ ਵੀ ਆ, ਜਿਵੇਂ 2-4 ਬੈਠੇ ਹੁੰਦੇ ਸਿਆਣੇ ਵੀ ਗੱਲਾਂ ਕਰਦੇ, ਆ ਚੀਜ਼ ਐਵੇਂ ਹੁੰਦੀ ਸੀ ਪੁਰਾਣੇ ਸਮੇਂ 'ਚ, ਐ ਹੁੰਦਾ ਸੀ, ਤੇ ਉਹ ਗੱਲਾਂ ਬਸ ਆਪਣੇ ਦਿਮਾਗ 'ਚ ਜੋੜ ਕੇ ਕੁਝ ਹੋਰ ਲੈ ਆਉਣੇ ਸਾਹਮਣੇ ਜੀ। ਕੀ ਲੱਗਦਾ
ਪਹਿਲਾਂ ਹੁੰਦਾ ਸੀ ਸਾਰਿਆਂ ਕੋਲ, ਕਿਸੇ ਕੋਲ ਫੋਨ ਨਹੀਂ ਹੁੰਦਾ ਸੀ, ਟੀਵੀ ਦਾ ਕੋਈ ਨਹੀਂ, ਇਕੱਠੇ ਬਹਿੰਦੇ ਸੀ ਸਾਰੇ। ਤੇ ਮੈਂ ਅੱਜ ਜਦੋਂ ਅੱਜ ਵੀ ਹੁਣ ਵੀ ਵੀਡੀਓ ਬਣਾਉਣੀ ਹੁੰਦੀ ਰੀਲਾਂ, ਤਾਂ ਮੈਂ ਇਹੀ ਚੀਜ਼ਾਂ ਯਾਦ ਕਰਦੀ ਹੁੰਦੀ ਹਾਂ ਕਿ ਪਹਿਲੇ ਸਾਰੇ ਨਾ ਤਰੇਕਾਂ ਥੱਲੇ, ਦਰਖਤਾਂ ਥੱਲੇ ਬੈਠਦੇ ਹੁੰਦੇ ਸੀ, ਜੀ ਕਿੰਨਾ ਜੀ ਵਧੀਆ ਲੱਗਦਾ ਹੁੰਦਾ ਸੀ ਗਰਮੀਆਂ ਦੇ ਵਿੱਚ ਕਿਸੇ ਨੇ ਆਉਣਾ, ਹੁਣ ਰੱਖੜੀਆਂ ਜਿਵੇਂ ਆ ਰਹੀਆਂ, ਜੀ ਤੇ ਜੀ ਕਿੰਨਾ ਆਪਾਂ ਨੂੰ ਇਹ ਹੁੰਦਾ ਸੀ ਸਾਡੀਆਂ ਭੂਆ ਨੇ ਆਉਣਾ ਜੀ ਵਾ, ਭੂਆ ਬਿਲਕੁਲ ਦੇ ਕੁੜੀਆਂ ਨੇ ਆਉਣਾ ਵਾ, ਕਿੰਨੀਆਂ ਨੇ ਆਉਣਾ, ਤੇ ਹੁਣ ਤੁਸੀਂ ਦੇਖ ਲਓ ਕੋਈ ਨਹੀਂ ਆਉਂਦਾ, ਕੋਈ ਮੇਨ ਆ ਸਕਾ ਹੀ ਭੈਣ ਭਰਾ ਆਉਂਦਾ ਵਾ, ਕੋਈ ਨਹੀਂ ਆਉਂਦਾ, ਵੀ ਰਿਸ਼ਤੇ ਤੇ ਬਹੁਤ ਫਰਕ ਪੈ ਗਿਆ, ਲੋਕ ਆਪਣੇ ਲਈ ਜੀਂਦੇ, ਕੋਈ ਨਹੀਂ ਇੱਕ ਜਨ ਦੇਖ ਕੇ ਖੁਸ਼ ਹੁੰਦਾ। ਚੀਜ਼ ਦਾ ਇਹ ਵੀ ਫਰਕ ਪੈ ਰਿਹਾ ਨੇ ਵੀ ਪੰਜਾਬ ਦਾ ਪੈਸਾ ਤਾਂ ਬਾਹਰ ਜਾ ਹੀ ਰਿਹਾ, ਪਲੱਸ ਜੀ ਉਹਦੇ ਨਾਲ ਇਹ ਜਿਹੜਾ ਪੰਜਾਬ 'ਚ ਪੈਸਾ ਸਰਕੂਲੇਟ ਹੁੰਦਾ ਸੀ ਕੁਛ ਦੁਕਾਨਾਂ ਤੇ ਜਾਂਦੇ ਸੀ, ਕਿਉਂ ਜਿਵੇਂ ਹੁਣ ਇੱਕ ਦੁਕਾਨ ਦੇ ਜਿਹੜੇ ਕਸਟਮਰ ਸੀਗੇ, ਮੰਨ ਲਓ ਜਿਵੇਂ ਸਾਡੇ ਸਲੂਨ ਤੇ ਸੀ ਬ੍ਰਾਈਡ ਲਾਉਣੀਆਂ ਸੀਗੀਆਂ, ਉਹਨਾਂ 'ਚ ਪੰਜ ਕੁੜੀਆਂ ਵੀ ਬਾਹਰ ਵਗ ਗਈਆਂ, ਉਸ ਚੀਜ਼ ਦਾ ਮਤਲਬ ਜਿਹੜਾ ਉਹ ਸਰਕੂਲੇਟ ਹੋਣਾ ਪੈਸਾ, ਮਤਲਬ ਉਹ ਵੀ ਆਪਣੇ ਇੱਥੇ ਉਹਦੇ ਵੀ ਤੇ ਵੀ ਮਤਲਬ ਫਰਕ ਪੈ ਘਾਟਾ ਰਿਹਾ। ਪੈ ਰਿਹਾ ਕੰਮ ਦਾ, ਜਿਵੇਂ ਆਪਾਂ ਜੀ ਕਹਿੰਦੇ ਹੁਣ ਇਕਨੋਮੀ, ਸਾਰੇ ਬੱਚੇ ਬਾਹਰ ਨੂੰ ਤੁਰੇ ਜਾਂਦੇ ਆ ਨਾ, ਪਹਿਲਾਂ ਜਿੱਥੇ ਸਾਡੇ ਕੋਲ 10 ਆਉਣੀਆਂ ਸੀ ਉੱਥੇ ਹੁਣ 5 ਆਉਂਦੀਆਂ, ਜੀ ਕਿ ਹਰ ਇੱਕ ਬੱਚੇ ਕੰਮ ਬਾਹਰ ਦੀ ਨੂੰ, ਹਾਂ ਮਤਲਬ ਇਹ ਸਾਰੇ ਚੀਜ਼ ਦਾ ਕੰਮਾਂ ਦੇ ਹੀ ਫਰਕ ਪੈ ਪੈ ਰਿਹਾ, ਰਿਹਾ ਹਾਂਜੀ, ਕੱਪੜੇ ਦੇ ਲਾ ਲਓ ਹਰੇਕ ਚੀਜ਼ ਤੇ ਪੈ ਰਿਹਾ। ਤੇ ਇੱਕ ਹੋਰ ਹੈ ਕਮਲ, ਜਿਵੇਂ ਮੰਨ ਲਓ ਅੱਜ ਕੱਲ੍ਹ ਲੜਕੀਆਂ ਹੈ ਨਾ, ਉਹਨਾਂ ਵਾਸਤੇ ਬੜਾ ਡਿਫਿਕਲਟ ਹੁੰਦਾ ਕਿ ਅਸੀਂ ਕਿਹੜਾ ਪ੍ਰੋਫੈਸ਼ਨ ਚੂਜ਼ ਕਰੀਏ, ਕਿਹੜਾ ਪ੍ਰੋਫੈਸ਼ਨ ਆਪਟ ਕਰੀਏ ਕਿ ਜਿਹਦੇ ਵਿੱਚ ਉਹਨਾਂ ਨੂੰ ਸਕਸੈਸ ਵੀ ਮਿਲੇ ਤੇ ਉਹਨਾਂ ਦਾ ਮਤਲਬ ਕਿ ਜਿਹੜਾ ਮਤਲਬ ਇਕਨੋਮਿਕਲ ਸਿਸਟਮ ਹੈ ਜਿਹੜਾ ਉਹ ਵੀ ਚੱਲਦਾ ਰਹੇ। ਮਤਲਬ ਜਿਵੇਂ ਹੁਣ ਮੈਂ ਕੰਮ ਸਟਾਰਟ ਕੀਤਾ ਸੀ ਨਾ, ਉਸ ਦੇ ਰਿਗਾਰਡਿੰਗ ਮੈਂ ਨਾ ਕਈ ਵਾਰ ਵੇਖਦੀ ਵੀ ਨਹੀਂ ਤੇ ਇਹਨਾਂ ਨਾਲ ਗੱਲਾਂ ਵੀ ਕਰਦੀ ਨਹੀਂ, ਕਿ ਮੈਂ ਨਾ ਬਹੁਤ ਕੁੜੀਆਂ ਨੂੰ ਕਿਹਾ ਕਿ ਜਿਵੇਂ ਅੱਜ ਕੱਲ੍ਹ ਦੋ ਕੰਮ ਆ ਜਿਹੜੇ ਬਹੁਤ ਜ਼ਿਆਦਾ ਸਕਸੈਸ ਨੇ ਤੇ ਜਿਹੜੇ ਕਦੇ ਵੀ ਖਤਮ ਨਹੀਂ ਹੋਣੇ, ਇੱਕ ਸੈਲੂਨ ਦਾ ਹੋ ਗਿਆ, ਇੱਕ ਬੁਟੀਕ ਦਾ ਹੋ ਗਿਆ। ਤੁਹਾਨੂੰ ਪਤਾ ਹੀ ਕੁੜੀਆਂ ਨੂੰ ਅੱਜ ਕੱਲ੍ਹ ਸੂਟਾਂ ਦਾ ਕਿੰਨਾ ਕਰੇਜ਼ ਆ, ਬਿਲਕੁਲ ਬਹੁਤ ਕਰੇਜ਼ ਹੈ ਨਾ, ਤੇ ਸੈਲੂਨ ਦਾ ਵੀ ਸਾਡੇ ਕੋਲ ਨਾ ਤਿੰਨ ਤਿੰਨ ਚਾਰ ਸਾਲ ਦੀਆਂ ਬੱਚੀਆਂ ਆਉਂਦੀਆਂ ਜਿਹੜੀਆਂ ਜੇ ਉਹਦੀ ਮੰਮਾ ਨੇ ਮੇਕਅਪ ਕਰਵਾਇਆ ਉਹਨਾਂ ਨਾਲ ਹੀ ਰੈਡੀ ਹੋਣਾ, ਕਿ ਦਿਨੋਂ ਦਿਨ ਨਾ ਇਹ ਚੀਜ਼ ਦਾ ਕਰੇਜ਼ ਵੱਧਦਾ ਜਾ ਰਿਹਾ ਜੀ ਬਿਲਕੁਲ। ਬੱਚਿਆਂ ਦੇ ਵਿੱਚ ਵੀ ਇਹ ਦੋ ਕੰਮ ਆ ਕਿ ਜਿਹੜੇ ਕਦੇ ਨਹੀਂ ਖਤਮ ਹੋਣੇ, ਬੁਟੀਕ ਦਾ ਕੰਮ ਵੀ ਕਦੇ ਵੀ ਖਤਮ ਨਹੀਂ ਹੋਣਾ। ਬਾਕੀ ਆਪਾਂ ਨੂੰ ਇਹ ਲੱਗਦਾ ਰਹਿੰਦਾ ਕਿ ਲੈ ਕੱਪੜੇ ਤਾਂ ਹਰ ਕੋਈ ਘਰੇ ਬਹਿ ਕੇ ਸੀ ਜਾਂਦਾ ਵਾ, ਪਰ ਨਹੀਂ, ਜੇ ਤੁਸੀਂ ਆਪਣਾ ਨਾਮ ਬਣਾਉਣਾ, ਤੁਸੀਂ ਵਧੀਆ ਕੁਝ ਕਰੋ ਨਾ, ਨਾਲ ਕੁਝ ਡਿਫਰੈਂਟ ਕਰੋ। ਮਤਲਬ ਕੋਈ ਘਰੋਂ ਨਿਕਲ ਕੇ ਨਹੀਂ ਰਾਜੀ, ਜਿਵੇਂ ਹੁਣ ਸਾਡੇ ਇੱਥੇ ਨਾ ਪੁਰਾਣੇ ਕੋਈ ਆਏ ਹੋਏ ਨੇਗੇ, ਮਤਲਬ ਉਹਨਾਂ ਦੀ ਸ਼ੌਪ ਹੈ ਇੱਥੇ ਪਹਿਲਾਂ ਦੀ, ਉਹ ਗੱਲ ਕਰਨ ਲੱਗ ਜਾਂਦੇ, ਕਹਿੰਦਾ ਆਪਣੇ ਪਿੰਡ ਚੋਂ ਤੁਸੀਂ ਨਿਕਲੇ ਹੋ, ਦੋ ਤਿੰਨ ਜਾਣੇ ਹੋਰ ਨਿਕਲੇ ਨੇ ਮਤਲਬ ਜਿਹੜੇ ਆਏ ਨੇ ਇੱਥੇ ਤੇ ਜਿਨ੍ਹਾਂ ਨੇ ਸਕਸੈਸ ਪਾਈ ਹੈ, ਤੇ ਮੈਂ ਬਾਕੀ ਕੋਈ ਨਾ ਬੰਦਾ ਦੇਖਿਆ ਨਹੀਂ ਵੀ ਜਿਹੜਾ ਇਹ ਕੰਮ ਕਰਿਆ ਹੋਵੇ, ਅੰਗੂਠਾ ਮੁੜ ਗਿਆ ਹੋਵੇ, ਕੋਈ ਨਿਕਲ ਹੀ ਨਹੀਂ ਰਿਹਾ, ਕੋਈ ਕੰਮ ਕਰਕੇ ਨਹੀਂ ਰਾਜੀ, 25 ਲੱਖ ਰੁਪਇਆ ਬਾਹਰ ਵਾਸਤੇ ਲਾ ਦਿੰਦਾ ਪਰ ਕੋਈ ਇੱਥੇ ਕੰਮ ਕਰਕੇ ਕੋਈ ਨਹੀਂ ਰਾਜੀ। ਕੰਮ ਕਰਨਾ ਸਭ ਤੋਂ ਵੱਡੀ ਗੱਲ ਹੈ, ਫਿਰ ਹੀ ਪਤਾ ਲੱਗੂ ਘਾਟਾ ਹੁੰਦਾ ਹੈਗਾ ਵਾਧਾ ਹੁੰਦਾ, ਉਹ ਤਾਂ ਬਾਅਦ ਜੀ ਚੋਂ ਜੀ ਪਤਾ ਲੱਗਣਾ ਨਾ ਕੰਮ ਕਰੇ ਤਾਂ। ਬਿਲਕੁਲ, ਬਾਕੀ ਫੈਮਿਲੀ ਦੀ ਸਪੋਰਟ ਬਹੁਤ ਵੱਡੀ ਚੀਜ਼ ਹੁੰਦੀ, ਕਈਆਂ ਘਰਾਂ ਦੇ ਵਿੱਚ ਹੁੰਦਾ ਕੁੜੀਆਂ ਬਾਹਰ ਨਿਕਲਣਾ ਚਾਹੁੰਦੀਆਂ ਵਾ ਪਰ ਫੈਮਿਲੀ ਨਹੀਂ ਸਪੋਰਟ ਕਰਦੀ, ਮਤਲਬ ਬਹੁਤ ਨੋਹਾਂ ਵੀ ਹੁੰਦੀਆਂ ਕੰਮ ਕਰਨਾ ਚਾਹੁੰਦੀਆਂ ਬਟ ਉਹਦੇ ਹਸਬੈਂਡ ਜਾਂ ਆਪਾਂ ਕਹਿੰਦੇ ਇਨ ਲੋਜ਼ ਪਰਮਿਸ਼ਨ ਨਹੀਂ ਦਿੰਦੇ, ਉਹਨਾਂ ਥਾਵਾਂ ਤੇ ਕਈ ਕੁੜੀਆਂ ਮਾਰ ਖਾ ਜਾਂਦੀਆਂ ਜੀ ਕਿ ਜੇ ਉਹ ਬਿਲਕੁਲ। ਥੋੜ੍ਹਾ ਟਰੱਸਟ ਕਰਨ ਉਹਨਾਂ ਤੇ ਤੇ ਉਹਨਾਂ ਨੂੰ ਪਤਾ ਸਾਡੇ ਸਿਰ ਤੇ ਜ਼ਿੰਮੇਵਾਰੀ ਅਸੀਂ ਨਿਭਾਉਣੀ ਆ, ਤੇ ਕੁੜੀਆਂ ਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਹੈ ਵੀ ਇਕੱਲੇ ਛੋਟੇ ਕੱਪੜੇ ਪਾਉਣਾ ਆਜ਼ਾਦੀ ਨਹੀਂ, ਜਾਂ ਉਹਦੀ ਸੋਚ ਨੂੰ ਆਜ਼ਾਦ ਬਣਾ ਕੇ ਤੇ ਕੰਮ ਕੋਈ ਚੰਗਾ ਕੰਮ ਕਰਨਾ ਉਹ ਆਜ਼ਾਦੀ ਹੈ। ਜੀ ਬਿਲਕੁਲ ਬਿਲਕੁਲ, ਬਹੁਤ ਵਧੀਆ ਗੱਲ ਸਰ। ਤੇ ਇੱਕ ਨਾ ਹੋਰ ਹੁੰਦਾ ਹੈ ਕਮਲ, ਜਿਵੇਂ ਤੁਸੀਂ ਆਪਣਾ ਨਾਮ ਵੀ ਬਣਾ ਲਿਆ ਹੈ ਨਾ, ਤੁਸੀਂ ਆਪਣਾ ਪ੍ਰੋਫੈਸ਼ਨ ਵੀ ਅੱਗੇ ਲੈ ਗਏ ਪਾਰਲਰ ਦੇ ਵਿੱਚ ਔਰ ਇਹਦੇ ਵਿੱਚ ਹੈ ਨਾ, ਲਾਈਕ ਬਿਊਟੀਸ਼ੀਅਨ ਵਾਲਾ ਜਿਹੜਾ ਸੀਗਾ ਤੁਹਾਡਾ, ਮੇਕਅਪ ਆਰਟਿਸਟ ਹੋ ਗਏ ਤੁਸੀਂ, ਤੇ ਇਹਦੇ ਵਿੱਚ ਤਾਂ ਤੁਸੀਂ ਸਕਸੈਸ ਹੋ ਗਏ। ਇੱਕ ਹੁਣ ਤੁਸੀਂ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਫੇਮਸ ਹੋ, ਬਟ ਫਿਰ ਵੀ ਸਾਨੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ, ਤੇ ਫਿਰ ਤੁਸੀਂ ਕੀ ਕਹਿਣਾ ਚਾਹੋਗੇ? ਮਤਲਬ ਜੇ ਆਪਾਂ ਲੋਕਾਂ ਬਾਰੇ ਕੋਈ ਸੋਚਣ ਲੱਗੀਏ ਫਿਰ ਆਪਾਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੇ। ਅਸੀਂ ਜਦੋਂ ਵੀ ਕੋਈ ਵੀ ਸਟੈਪ ਚੱਕਿਆ, ਮੈਂ ਕਦੇ ਨਹੀਂ ਲੋਕਾਂ ਬਾਰੇ ਸੋਚਿਆ, ਸਿਰਫ ਆਪਣੀ ਫੈਮਿਲੀ ਬਾਰੇ ਸੋਚਿਆ ਪਹਿਲਾਂ, ਇਹਨਾਂ ਦੀ ਪਰਮਿਸ਼ਨ ਲਈ ਮੈਂ ਆਹ ਕੰਮ ਕਰਨਾ ਠੀਕ ਆ, ਮਤਲਬ ਮੈਨੂੰ ਘਰੋਂ ਪਰਮਿਸ਼ਨ ਮਿਲ ਜਾਂਦੀ, ਉਸ ਤੋਂ ਬਾਅਦ ਮੈਂ ਲੋਕ ਕਦੇ ਨਹੀਂ ਮੇਰੇ ਲਈ ਮੈਟਰ ਕਰਦੇ ਵੀ ਹਾਂ ਉਹ ਕੀ ਕਹਿੰਦੇ ਨੇ। ਪਰ ਜੀ ਜਿਵੇਂ ਹੁਣ ਸੋਸ਼ਲ ਮੀਡੀਆ 'ਤੇ ਵੀ ਕਿਸੇ ਨੇ ਵੀ ਕੰਮ ਕਰਨਾ, ਜੇ ਆਪਾਂ ਚੰਗੀ ਚੀਜ਼ ਨੂੰ ਅੱਗੇ ਲੈ ਕੇ ਆਵਾਂਗੇ ਨਾ, ਜੀ ਤੇ ਲੋਕ ਉਹਦੀ ਪ੍ਰੇਸ ਹੀ ਕਰਨਗੇ। ਬਿਲਕੁਲ, ਤੇ ਬਾਕੀ ਜੇ ਚੰਗਾ ਕੰਮ ਕਰਦੇ ਆ ਵੀ ਲੋਕ ਮਾੜੇ ਕਮੈਂਟ ਕਰਦੇ ਆ, ਉਹ ਤਾਂ ਉਹਨਾਂ ਦੀ ਸੋਚ ਆ, ਜਿਹੋ ਜਿਹੀ ਉਹਨਾਂ ਨੇ ਵਰਤਣੀ ਵਰਤ ਲੈਂਦੇ ਆ। ਹੁਣ ਤੁਸੀਂ ਦੇਖੋ ਤੁਹਾਡੇ ਸਾਹਮਣੇ, ਤੁਸੀਂ ਦੇਖਦੇ ਹੋ ਮੈਂ ਜਿੰਨਾ ਵੀ ਲੈ ਕੇ ਆਉਂਦੀ ਚੰਗਾ ਹੀ ਲੈ ਕੇ ਆਉਂਦੀ ਹਾਂ, ਮਤਲਬ ਜੇ ਮੈਂ ਸੱਸ ਬਾਰੇ ਬੋਲਦਾ ਤੇ ਜਿੰਨਾ ਹੀ ਸੱਸ ਚੰਗੀ ਉਹਨਾਂ ਨੇ ਕਹਿਣਾ ਸਾਡੇ ਤੇ ਆਏ ਆ, ਜੇ ਨੂੰਹ ਬਾਰੇ ਬੋਲਦਾ ਮਤਲਬ ਬੈਠੇ ਹੁੰਦੇ ਆ ਵਿੱਚ ਦੀ ਕੋਈ ਨਾ ਕੋਈ ਕੰਟਰੋਵਰਸੀ ਕਰਨ ਮੇਨ ਵਾਲੇ। ਗੱਲ ਇਹ ਹੈ ਵੀ ਆਪਾਂ ਕਿਸੇ ਦਾ ਮਾੜਾ ਕਰਕੇ ਨਹੀਂ ਕਮਾ ਰਹੇ, ਕਿਸੇ ਨੂੰ ਆਪਾਂ ਮਤਲਬ ਕਿਸੇ ਦੀ ਆਪਾਂ ਬੁਰਾਈ ਕਰਕੇ ਨਹੀਂ ਕਮਾ ਰਹੇ, ਕਿਸੇ ਕੋਈ ਚੀਜ਼ ਆਪਾਂ ਕੋਈ ਨਸ਼ੇ ਨੂੰ ਪ੍ਰਮੋਟ ਕਰਕੇ ਜਾਂ ਕਿਸੇ ਮਾੜੀ ਚੀਜ਼ ਦਿਖਾ ਕੇ ਤਾਂ ਨਹੀਂ ਕਮਾ ਰਹੇ। ਤਾਂ ਯੂਟਿਊਬ ਦਾ
ਵੀ ਲੈ ਹੁਣ ਬਿਲਕੁਲ ਇਹ ਬਿਲਕੁਲ ਕਰਨਗੇ, ਬਿਲਕੁਲ ਤੇ ਬਿਲਕੁਲ ਮਤਲਬ ਉਹ ਮੈਂ ਕਹਿੰਦੀ ਨਹੀਂ ਉਹ ਇਹ ਚੀਜ਼ ਨਹੀਂ ਸੋਚਦੇ ਵੀ ਕਦੇ ਸੋਚਣ ਵੀ ਇੱਕ ਟਾਈਮ ਕਿਵੇਂ ਕੱਢਦੇ ਹੋਣਗੇ, ਹਾਲਾਂਕਿ ਲੋਕਾਂ ਨੂੰ ਪਤਾ ਵੀ ਹੈ ਫੈਮਿਲੀ ਵੀ ਹੈ ਨਾਲ ਇਹਨਾਂ ਦਾ ਬਿਜ਼ਨਸ ਵੀ ਆਪਦਾ, ਵੀ ਘਰੇ ਵੀ ਕੰਮ ਕਰਨੇ ਲੇਡੀਜ਼ ਨੂੰ ਤੁਹਾਨੂੰ ਪਤਾ ਕਿੰਨੇ ਹੁੰਦੇ, ਕੋਈ ਜੀ ਐਂ ਤਾਂ ਹੈ ਨਹੀਂ ਬਿਲਕੁਲ ਸਹੁਰੇ ਘਰੇ ਬੈਠ ਕੇ ਆਪਾਂ ਨੂੰ ਮੰਜੇ ਤੇ ਬੈਠੇ ਰੋਟੀ ਮਿਲੂਗੀ, ਸਾਰੇ ਕੰਮ ਕਰਨੇ ਪੈਂਦੇ, ਵੀ ਸਰਦੀਆਂ ਦੇ ਦਿਨ ਇੰਨੇ ਛੋਟੇ ਹੁੰਦੇ ਮੈਂ ਉਹਦੇ ਵਿੱਚ ਸਟਾਰਟਿੰਗ ਕੀਤੀ ਸੀ ਤੇ ਭੱਜ ਭੱਜ ਕੇ ਕਰਦੀ ਹੁੰਦੀ ਸੀ ਕਿ ਮੈਂ ਵੀਡੀਓ ਵੀ ਬਣਾਉਣੀ ਆ, ਮੈਂ ਸਲੂਨ ਵੀ ਜਾਣਾ, ਮੇਰੀ ਬ੍ਰਾਈਡਲ ਵੀ ਆ, 4 ਵਜੇ ਮੇਕਅਪ ਵੀ ਆ, ਬੱਚੇ ਨੂੰ ਟਿਊਸ਼ਨ ਛੱਡਣਾ ਨੂੰ ਲੈ ਕੇ ਵੀ ਆਉਣਾ, ਕਿ ਮਤਲਬ ਲੋਕ ਉਦੋਂ ਇਹ ਨਹੀਂ ਜੱਜ ਕਰਦੇ ਕਿ ਇਹ ਟਾਈਮ ਕਿਵੇਂ ਕੱਢਦੇ ਹੋਣਗੇ ਜਾਂ ਆਪਾਂ ਇਹਨਾਂ ਤੋਂ ਕੁਝ ਸਿੱਖੀਏ, ਜੀ ਉਲਟਾ ਆਪਣੇ ਤੇ ਮਤਲਬ ਉਂਗਲਾਂ ਚੱਕਣ ਲੱਗ ਜਾਂਦੇ ਆ ਵੀ ਹਾਂ ਹੁਣ ਇਹ ਕੰਮ ਕਰਨਗੇ, ਪਰ ਜਦੋਂ ਉਹ 'ਚ ਕਾਮਯਾਬ ਹੋ ਗਏ ਤੇ ਉਸ ਤੋਂ ਬਾਅਦ ਮੈਂ ਆਪਦੀ ਅੱਖਾਂ ਨਾਲ ਦੇਖੇ ਕਿ ਮੇਰੇ ਤੋਂ ਬਾਅਦ ਮੇਰੇ ਨੌਂ ਦੇ ਵਿੱਚ ਜਿਨ੍ਹਾਂ ਨੂੰ ਮੈਂ ਜਾਣਦੀ ਹਾਂ 50 ਨੇ ਫੋਨ ਚੱਕ ਲਿਆ ਕਿ ਅਸੀਂ ਵੀ ਵੀਡੀਓ ਬਣਾਉਣੀ ਸਟਾਰਟ ਕਰਨੀ ਆ, ਅੱਛਾ ਕਿਉਂਕਿ ਹੁੰਦਾ ਠੀਕ ਜਦੋਂ ਹੈ। ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਕਾਮਯਾਬ ਹੋ ਗਿਆ, ਲੈ ਹੁਣ ਇਹਨਾਂ ਨੂੰ ਇੱਥੋਂ ਪੈਸੇ ਆਉਂਦੇ ਆ, ਐਂ ਹੁੰਦਾ, ਫਿਰ ਹਰੇਕ ਨੂੰ ਹੁੰਦਾ ਯਾਰ ਆਪਾਂ ਕਿਉਂ ਨਹੀਂ ਕਰ ਸਕਦੇ, ਆਪਾਂ ਵੀ ਕਰੀਏ, ਪਰ ਫਿਰ ਉਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਹਾਂ ਮਿਹਨਤ ਕਰਨੀ ਕਿੰਨੀ ਔਖੀ ਤੇ ਕੈਮਰੇ ਦੇ ਅੱਗੇ ਬੋਲਣਾ ਕਿੰਨਾ ਔਖਾ ਹੈ, ਜੀ ਬਿਲਕੁਲ ਬਿਲਕੁਲ ਕਿਉਂਕਿ ਉਹ ਚੰਗੇ ਭਲੇ ਬੰਦੇ ਦੀ ਨਾ ਜ਼ਬਾਨ ਜਿਹੜੀ ਲੱਤ ਖਲਾਉਣ ਲੱਗ ਪੈਂਦੀ ਆ ਕਿ ਹਾਂ ਇਹ ਬੋਲਣਾ, ਕੈਮਰੇ ਅੱਗੇ ਬੋਲਣਾ ਕੋਈ ਮਾੜੀ ਮੋਟੀ ਗੱਲ ਨਹੀਂ ਆ, ਫਿਰ ਉਹ ਕਿੱਥੇ ਕਿੱਥੇ ਵੀਡੀਓਜ਼ ਜਾਂਦੀਆਂ, ਸਾਰੇ ਲੋਕ ਜੀ ਦੇਖਦੇ ਆ, ਚੰਗੇ ਕਮੈਂਟ ਕਰਨ ਵਾਲੇ ਬੈਠੇ ਆ, ਮਾੜੇ ਵਾਲੇ ਮਾੜੇ ਵਾਲੇ ਬੈਠੇ ਬੈਠੇ ਆ, ਜੀ, ਤੁਹਾਨੂੰ ਹਰ ਇੱਕ ਚੀਜ਼ ਨਾਲ ਲੈ ਕੇ ਚੱਲਣੀ ਪੈਂਦੀ ਹੈ, ਹੈਨਾ, ਸਾਰੇ ਲੋਕਾਂ ਦਾ ਸਾਹਮਣਾ ਕਰਨਾ ਪੈਂਦਾ, ਪਰ ਜੇ ਆਪਾਂ ਉਹਨਾਂ ਬਾਰੇ ਸੋਚੀ ਗਈ ਹੈ ਨਾ ਵੀ ਲੋਕ ਕੀ ਕਹਿਣਗੇ, ਫਿਰ ਬੰਦਾ ਕਦੇ ਵੀ ਜ਼ਿੰਦਗੀ 'ਚ ਕਾਮਯਾਬ ਨਹੀਂ ਹੋ ਸਕਦਾ। ਜੀ ਬਹੁਤ ਵਧੀਆ ਕਮਲ, ਤੁਸੀਂ ਕਾਫੀ ਥੋਟਸ ਪਾਉਣੇ ਹੋ ਆਪਣੀ ਥੋਟ ਪ੍ਰੋਸੈਸ ਦੇ ਵਿੱਚੋਂ, ਆਪਣੀ ਵਿਚਾਰਧਾਰਾ ਦੇ ਵਿੱਚੋਂ ਇੱਕ ਥੋਟ ਸਾਡੇ ਦਰਸ਼ਕਾਂ ਨਾਲ ਵੀ ਸਾਂਝਾ ਕਰੋ। ਮੈਂ ਸਾਰੇ ਲੋਕਾਂ ਨੂੰ ਇਹੀ ਥੋਟ ਰਾਹੀਂ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਮਤਲਬ ਆਪਾਂ ਨੂੰ ਜ਼ਿੰਦਗੀ ਵਿੱਚ ਮਤਲਬ ਅੱਗੇ ਵਧਣਾ ਚਾਹੀਦਾ, ਪੈਸਾ ਕਮਾਉਣਾ ਚਾਹੀਦਾ, ਪਰ ਵੀ ਆਪਾਂ ਨੂੰ ਇੰਨਾ ਵੀ ਪੈਸਾ ਜਾਂ ਧਨ ਦੌਲਤ ਨਹੀਂ ਕਮਾਉਣੀ ਚਾਹੀਦੀ ਕਿ ਆਪਾਂ ਨੂੰ ਆਪਣੇ ਦਾ ਪਿਆਰ ਜਿਹੜਾ ਉਹ ਵੀ ਫਿਰ ਮੁੱਲ ਹੀ ਲੈਣਾ ਪਵੇ, ਕਿ ਆਪਾਂ ਨੂੰ ਆਪਣੇ ਰਿਸ਼ਤੇਦਾਰੀਆਂ ਆਪਣੇ ਪਰਿਵਾਰ ਵੱਲ ਵੀ ਧਿਆਨ ਦੇਣਾ ਚਾਹੀਦਾ। ਜੀ ਬਹੁਤ ਵਧੀਆ, ਬਹੁਤ ਖੂਬ, ਤੇ ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ? ਮੈਂ ਉਹਨਾਂ ਲੋਕਾਂ ਨੂੰ ਇੱਕ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਜਿਹੜੇ ਕਾਮਯਾਬ ਹੋਣਾ ਚਾਹੁੰਦੇ ਆ ਪਰ ਲੋਕਾਂ ਦੀ ਪਰਵਾਹ ਕਰਕੇ ਜਾਂ ਜਿਹੜੇ ਲੋਕ ਉਹਨਾਂ ਨੂੰ ਟਿੱਚਰਾਂ ਕਰਦੇ ਆ ਉਹਨਾਂ ਕਰਕੇ ਕਾਮਯਾਬ ਨਹੀਂ ਹੁੰਦੇ, ਕਿਉਂਕਿ ਜੇ ਤੁਸੀਂ ਜ਼ਿੰਦਗੀ 'ਚ ਕਾਮਯਾਬ ਹੋ ਗਏ ਨਾ ਤੇ ਉਹਨਾਂ ਨੇ ਕਹਿਣਾ ਕਿ ਇਹ ਕਿੰਨੀ ਕੁ ਵੱਡੀ ਗੱਲ ਆ, ਕਾਮਯਾਬ ਤੇ ਹਰ ਇੱਕ ਹੋ ਜਾਂਦਾ, ਤੇ ਜੇ ਤੁਸੀਂ ਕੁਝ ਨਹੀਂ ਕੀਤਾ ਉਹਨਾਂ ਕਹਿਣਾ ਤਾਂ ਵਿਹਲਾ ਹੈਗਾ, ਨਿਕੰਮਾ ਹੈਗਾ, ਇਹਦੀ ਕਿਹੜੀ ਗੱਲ ਆ। ਮਤਲਬ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਕੋਈ ਕਾਮਯਾਬੀ ਹਾਸਲ ਕਰਨੀ ਹੈ ਨਾ ਤੁਹਾਨੂੰ ਲੋਕਾਂ ਦੀ ਪਰਵਾਹ ਤੇ ਸਮਾਜ ਦੀ ਪਰਵਾਹ ਨੂੰ ਪਿੱਛੇ ਛੱਡਣਾ ਚਾਹੀਦਾ, ਜੇ ਤੁਸੀਂ ਜੀ ਚੰਗੇ ਕੰਮ ਕਰੋਗੇ, ਚੰਗੇ ਪਾਸੇ ਤੁਰੋਗੇ ਤੇ ਲੋਕ ਤੁਹਾਡੀ ਆਪ ਮਤਲਬ ਪ੍ਰਸ਼ੰਸਾ ਕਰਨਗੇ। ਜੀ ਬਹੁਤ ਵਧੀਆ, ਬਹੁਤ ਖੂਬ, ਬਹੁਤ ਵਧੀਆ ਲੱਗਿਆ ਕਮਲ ਤੇ ਯਸ਼ ਤੁਹਾਡੇ ਨਾਲ ਗੱਲਬਾਤ ਕਰਕੇ, ਜ਼ਿੰਦਗੀ ਦੇ ਕਾਫੀ ਮਿੱਠੇ ਕੌੜੇ ਤਜਰਬੇ ਆ ਜਿਹੜੇ ਤੁਸੀਂ ਸਾਡੇ ਨਾਲ ਸਾਂਝੇ ਕੀਤੇ ਹੈ, ਤੇ ਰੱਬ ਕਰੇ ਤੁਸੀਂ ਹੋਰ ਵੀ ਜ਼ਿਆਦਾ ਤਰੱਕੀਆਂ ਕਰੋ, ਤੁਹਾਡਾ ਪੈਸ਼ਨ ਹੈ ਜਿਹੜਾ ਹੋਰ ਵੀ ਦੁੱਗਣਾ ਹੋਵੇ, ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਜੀ ਤੁਹਾਡਾ ਵੀ। ਤੇ ਕਹਿੰਦੇ ਆ ਜੀ, ਹਿੰਮਤ ਕਰਜੇ ਰਸਤੇ ਵਿੱਚ ਕਠਿਨਾਈਆਂ ਨੇ, ਹੰਝੂਆਂ ਨੇ ਤਕਦੀਰਾਂ ਕਦ ਪਲਟਾਈਆਂ ਨੇ, ਜਿਨ੍ਹਾਂ ਨੇ ਠੋਕਰ ਨੂੰ ਠੋਕਰ ਮਾਰੀ ਹੈ ਉਹਨਾਂ ਨੂੰ ਹੀ ਰਾਸ ਠੋਕਰਾਂ ਆਈਆਂ ਨੇ, ਉਹਨਾਂ ਨੂੰ ਹੀ ਰਾਸ ਠੋਕਰਾਂ ਆਈਆਂ ਨੇ। ਸੋ ਪਿਆਰੇ ਦਰਸ਼ਕੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਗੱਲਬਾਤ ਬਹੁਤ ਅੱਛੀ ਲੱਗੀ ਹੋਵੇਗੀ, ਤੇ ਇਹਦੇ ਪਿੱਛੇ ਸਾਡਾ ਮਕਸਦ ਇਹ ਸੀਗਾ ਕਿ ਕਿਉਂਕਿ ਮੋਟੀਵੇਸ਼ਨਲ ਸਟੋਰੀਜ਼ ਜਿਹੜੀਆਂ ਹੁੰਦੀਆਂ ਨੇ ਉਹ ਕਹਿਣ ਦੀਆਂ ਗੱਲਾਂ ਨੇ, ਕਿ ਜਿਨ੍ਹਾਂ ਨੇ ਆਪਣੀ ਮਾਂ ਦੀ ਜ਼ਿੰਦਗੀ ਤੋਂ ਉਦਾਹਰਨਾਂ ਲਈਆਂ ਹੁੰਦੀਆਂ ਨੇ, ਉਹ ਕਦੇ ਯੂਟਿਊਬ ਤੋਂ ਮੋਟੀਵੇਸ਼ਨਲ ਸਪੀਚਾਂ ਨਹੀਂ ਸੁਣਦੇ, ਕਿਉਂ ਨਹੀਂ ਸੁਣਦੇ, ਸਾਨੂੰ ਹਰ ਕਿਤੋਂ ਮੋਟੀਵੇਸ਼ਨਲ ਮੋਟੀਵੇਸ਼ਨ ਸਾਨੂੰ ਕਿਸੇ ਵੀ ਬੰਦੇ ਤੋਂ ਮਿਲ ਸਕਦੀ ਹੈ, ਕਿਸੇ ਜਾਨਵਰ ਤੋਂ ਵੀ ਮਿਲ ਸਕਦੀ ਹੈ, ਕਿਸੇ ਪੌਦੇ ਤੋਂ ਵੀ ਮਿਲ ਸਕਦੀ ਹੈ, ਅਤੇ ਕਿਉਂ ਨਾ ਅਸੀਂ ਜਿਹੜੀ ਚੀਜ਼ ਸਾਨੂੰ ਫ੍ਰੀ ਦੇ ਵਿੱਚ ਮਿਲਦੀ ਹੈ ਤਾਂ ਕਿਉਂ ਨਾ ਅਸੀਂ ਉਹ ਲਈਏ। ਅਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹਨਾਂ ਦੀ ਗੱਲਬਾਤ ਬਹੁਤ ਵਧੀਆ ਲੱਗੀ ਹੋਵੇਗੀ। ਮੈਨੂੰ ਦਿਓ ਇਜਾਜ਼ਤ, ਸ਼ੱਬਾ ਖੈਰ।